ਹੈਲੋ ਐਵਰੀਵਨ, ਵੈਲਕਮ ਟੂ ਬ੍ਰਾਈਟ ਪੰਜਾਬ। ਦੋਸਤੋ, ਅੱਜ ਆਪਾਂ ਪੰਜਾਬੀ ਵਿਆਕਰਨ ਦਾ ਵੀਡੀਓ ਕਰਨ ਜਾ ਰਹੇ ਹਾਂ। ਜਿਹੜੇ ਦੋਸਤਾਂ ਨੂੰ ਵੀਡੀਓ ਪਸੰਦ ਆਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਬੈਲ ਆਈਕਨ ਘੰਟੀ ਵਜਾ ਦੇਣਾ। ਸ਼ੁਰੂ ਕਰਦੇ ਹਾਂ, ਤੁਹਾਡਾ ਟਾਈਮ ਵੇਸਟ ਨਾ ਕਰਦੇ ਹੋਏ। ਆਪਣਾ ਪਹਿਲਾ ਪ੍ਰਸ਼ਨ ਹੈ, ਦਬਾਅ ਜਾਂ ਬਲ ਨੂੰ ਪ੍ਰਗਟਾਉਣ ਦੇ ਲਈ ਕਿਹੜੇ ਲਗਾਖਰ ਦੀ ਵਰਤੋਂ ਕੀਤੀ? ਲਗਾਖਰ ਹੁਣ ਕਿਹੜੇ ਹੁੰਦੇ ਨੇ? ਜਿਹੜੇ ਕਿਸੇ ਵੀ ਲਗਾ ਦੇ ਨਾਲ ਜਾਂ ਲਗਾ ਅੱਖਰ ਦੇ ਨਾਲ ਲੱਗ ਕੇ ਆਉਂਦਾ ਹੈ ਉਸਨੂੰ ਲਗਾਖਰ ਕਿਹਾ ਜਾਂਦਾ। ਲਗਾਖਰ ਤਿੰਨ ਹੁੰਦੇ ਨੇ, ਕਿਹੜੇ ਕਿਹੜੇ? ਬਿੰਦੀ, ਟਿੱਪੀ ਅਤੇ ਅੱਧਕ। ਲਗਾਖਰ ਕਿਹੜੇ? ਬਿੰਦੀ, ਟਿੱਪੀ ਅਤੇ ਅੱਧਕ। ਇਹਨਾਂ ਦੇ ਵਿੱਚੋਂ ਇੱਕ ਦੀ ਇਹਨਾਂ ਪ੍ਰਸ਼ਨ ਪੁੱਛਿਆ ਕਿ ਦਬਾਅ ਜਾਂ ਬਲ ਨੂੰ ਪ੍ਰਗਟਾਉਣ ਦੇ ਲਈ ਕਿਹੜੇ ਲਗਾਖਰ ਦੀ ਵਰਤੋਂ ਕੀਤੀ ਜਾਂਦੀ ਹੈ? ਅਤੇ ਦੁੱਤ ਅੱਖਰ ਕਿਹੜੇ ਹੁੰਦੇ ਨੇ ਜਿਹੜੇ ਪੈਰ ਵਿੱਚ ਪੈਂਦੇ ਹਨ? ਪੈਰ ਵਿੱਚ ਕਿਹੜੇ ਕਿਹੜੇ? ਹਾਹਾ, ਰਾਰਾ ਅਤੇ ਵਾਹਵਾ। ਇਹ ਤਿੰਨ ਅੱਖਰ ਪੈਰ ਵਿੱਚ ਪੈਂਦੇ ਨੇ, ਇਹਨਾਂ ਨੂੰ ਦੁੱਤ ਅੱਖਰ ਕਹਿ ਦਿੱਤਾ ਜਾਂਦਾ ਹੈ। ਇਹਦੇ ਵਿੱਚ ਆਂਸਰ ਆ ਜਾਏਗਾ ਆਪਣਾ ਉੱਤਰ ਅੱਧਕ। ਅੱਧਕ ਦੀ ਵਰਤੋਂ ਨਾ, ਇਹ ਜਿਹੜਾ ਲਗਾਖਰ ਹੈ ਇਹਦੀ ਵਰਤੋਂ ਦਬਾਅ ਜਾਂ ਬਲ ਨੂੰ ਪ੍ਰਗਟਾਉਣ ਦੇ ਲਈ ਕੀਤੀ ਜਾਂਦੀ। ਅੱਗੇ ਚੱਲਦੇ ਆਪਾਂ ਨੈਕਸਟ ਪ੍ਰਸ਼ਨ। ਪਹਿਲਾਂ ਆਪਾਂ ਇਹਦਾ ਡਿਟੇਲ ਦੇ ਵਿੱਚ ਪੜ੍ਹ ਲੈਂਦੇ ਹਾਂ। ਅੱਧਕ, ਅੱਧਕ ਕੀ ਹੁੰਦਾ? ਇਹ ਅੱਖਰ ਸ਼ਬਦਾਂ ਦੇ ਵਿੱਚ ਦਬਾਅ ਜਾਂ ਬਲ ਨੂੰ ਦਰਸਾਉਣ ਦੇ ਲਈ ਵਰਤਿਆ ਜਾਂਦਾ ਹੈ ਅਤੇ ਇਹ ਅੱਖਰ ਕਿਸੇ ਵਿਸ਼ੇਸ਼ ਆਵਾਜ਼ ਨੂੰ ਜ਼ੋਰ ਨਾਲ ਉਚਾਰਨ ਕਰਨ ਦੀ ਸੰਕੇਤ ਦਿੰਦਾ ਹੈ। ਜਿਵੇਂ ਕੋਈ ਵੀ ਅੱਖਰ ਹੈ ਨਾ, ਉਹਦੇ ਵਿੱਚ ਡਬਲ ਸ਼ਬਦ ਜਿਵੇਂ ਵਰਤਾਂਗੇ ਨਾ, ਯੂਜ਼ ਕਰਾਂਗੇ ਨਾ, ਜਦੋਂ ਦੂਸਰਾ ਦੋਹਰਾ ਸ਼ਬਦ ਦੀ ਥਾਂ 'ਤੇ ਆਪਾਂ ਅੱਧਕ ਦੀ ਵਰਤੋਂ ਕਰ ਸਕਦੇ ਹਾਂ। ਬਾਕੀ ਲਗਾਖਰਾਂ ਦੀ ਵਰਤੋਂ ਇਸੇ ਪ੍ਰਕਾਰ ਹੈ। ਅੱਗੇ ਦੇਖਦੇ ਹਾਂ, ਬਿੰਦੀ। ਬਿੰਦੀ ਸ਼ਬਦਾਂ ਵਿੱਚ ਨਾਸਿਕ ਆਵਾਜ਼ ਨੂੰ ਦਰਸਾਉਣ ਲਈ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਨਾਸਿਕ ਜਿਹੜੇ ਸ਼ਬਦ ਨੇ ਨਾ, ਉਹਨਾਂ ਨੂੰ ਬਿੰਦੀ ਦੇ ਨਾਲ ਦਰਸਾਇਆ ਜਾਂਦਾ ਹੈ। ਬਿੰਦੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਨਾਸਿਕ ਆਵਾਜ਼ ਨੂੰ ਦਰਸਾਉਣ ਲਈ। ਨਾਸਿਕ ਆਵਾਜ਼ ਨੂੰ ਦਰਸਾਉਣ ਲਈ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਸਿੰਘ ਸ਼ਬਦ ਵਰਤਿਆ ਇਹਨਾਂ, ਇੱਥੇ ਨਾਲ ਕੀ ਲੱਗਿਆ? ਬਿੰਦੀ। ਨਾਸਿਕ ਆਵਾਜ਼ਾਂ ਨੂੰ ਦਰਸਾਉਣ ਲਈ ਜਿਵੇਂ ਕਿ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਬਿੰਦੀ ਅਤੇ ਟਿੱਪੀ, ਇਹਨਾਂ ਦੋਨਾਂ ਦੀ ਵਰਤੋਂ ਵੀ ਕਰ ਲਈ ਜਾਂਦੀ ਹੈ ਕਈ ਵਾਰ। ਕਿ ਜਿਹੜੇ ਨਾਸਿਕ ਆਵਾਜ਼ਾਂ ਨੇ ਨਾ, ਨੱਕ ਦੇ ਰਾਹੀਂ ਜਿਹੜੀ ਆਵਾਜ਼ ਆਉਂਦੀ ਕੋਈ ਸ਼ਬਦ ਬੋਲਦੇ ਹਾਂ ਤਾਂ ਆਪਾਂ, ਇਹਨਾਂ ਦੋਨਾਂ ਜਿਹੜੀਆਂ ਲਗਾਖਰ ਨੇ ਇਹਨਾਂ ਦੀ ਵਰਤੋਂ ਕਰ ਲਈ ਜਾਂਦੀ। ਜਿਹੜਾ ਅੱਧਕ ਹੈ ਉਹ ਬਲ, ਜਿਹੜਾ ਬਲ ਨੂੰ ਦਰਸਾਉਣ ਦੇ ਲਈ ਵਰਤਿਆ ਜਾਂਦਾ ਹੈ ਕਿਸੇ ਸ਼ਬਦ ਦੇ ਵਿਸ਼ੇਸ਼ ਅੱਖਰ ਜਾਂ ਵਿਸ਼ੇਸ਼ ਸ਼ਬਦ ਦੇ ਉਹਦੇ ਉੱਤੇ ਜ਼ੋਰ ਦੇਣ ਨੂੰ ਉਚਾਰਨ ਦੇ ਲਈ ਅੱਧਕ ਦੀ ਵਰਤੋਂ ਕੀਤੀ ਜਾਂਦੀ। ਇਹਦੇ ਵਿੱਚ ਜਿਵੇਂ ਪਿੰਡ ਸ਼ਬਦ ਅਤੇ ਸਿੰਘ ਇਹਨਾਂ ਵਰਤਿਆ ਹੈ। ਇਹਦੇ ਟਿੱਪੀ ਵਰਤੋਂ ਕੀਤੀ ਨਾ ਪਿੰਡ ਦੇ ਵਿੱਚ, ਇੱਥੇ ਮੈਨੂੰ ਥੋੜ੍ਹਾ ਜਿਹਾ ਮਿਸਟੇਕ ਲੱਗ ਰਿਹਾ ਕਿਉਂਕਿ ਸਿੰਘ ਦੇ ਵਿੱਚ ਬਿੰਦੀ, ਚੱਲ ਬਾਅਦ 'ਚ ਦੇਖ ਲਾਂਗੇ ਆਪਾਂ। ਹਾਂਜੀ, ਅੱਗੇ ਦੇਖਦੇ ਆਪਾਂ ਦੋ ਤੱਖਰ। ਦੋ ਤੱਖਰ ਜਾਂ ਜੁੜੇ ਹੋਏ ਅੱਖਰ, ਲੱਗੇ ਹੋਏ ਦੋ ਅੱਖਰ, ਮਤਲਬ ਦੋ ਤੱਖਰ ਦੋ ਅੱਖਰ, ਜਿਹੜੇ ਦੋ ਜੁੜ ਕੇ ਅੱਖਰ ਆਉਂਦੇ ਨੇ ਨਾ, ਉਹਨਾਂ ਨੂੰ ਦੋ ਤੱਖਰ ਕਹਿੰਦੇ ਨੇ। ਇਹ ਪੈਰ ਵਿੱਚ ਲੱਗਦੇ ਨੇ ਅੱਖਰ ਦੇ, ਪੰਜਾਬੀ ਦੇ ਵਿੱਚ ਦੋ ਅੱਖਰਾਂ ਨੂੰ ਮਿਲਾ ਕੇ ਉਚਾਰਨ ਕਰਨ ਲਈ ਵਰਤੋਂ ਜਾਂਦੇ ਹਨ। ਅਤੇ ਜਿਵੇਂ ਕਿ ਕ੍ਰਿਸ਼ਨ, ਪੈਰ ਵਿੱਚ ਰਾਰਾ ਹੈ ਨਾ, ਕ੍ਰਿਸ਼ਨ ਅਧੂਰਾ ਸ਼ਬਦ ਨਹੀਂ ਹੈ। ਪੈਰ ਵਿੱਚ ਜਿਹੜਾ ਰਾਰਾ ਹੈ ਨਾ, ਜਿਹੜਾ ਕੱਕੇ ਦੇ ਪੈਰ ਵਿੱਚ ਰਾਰਾ ਹੈ, ਇਹ ਵੀ ਇੱਕ ਤਰ੍ਹਾਂ ਪੂਰਾ ਰਾਰਾ ਹੈ, ਪੂਰਾ ਰਾਰਾ ਕੰਪਲੀਟ ਹੈ ਆਪਣੇ ਆਪ ਦੇ ਵਿੱਚ। ਕਈ ਸਮਝ ਲੈਂਦੇ ਨੇ ਇਹਦੇ ਵਿੱਚ ਕਿ ਇਹ ਜਿਹੜਾ ਰਾਰਾ ਹੈ ਜਾਂ ਹਾਹਾ ਹੈ ਜਿਹੜਾ ਪੈਰ ਵਿੱਚ ਪੈਂਦਾ ਹੈ, ਜਾਂ ਵਾਹਵਾ ਹੋ ਗਿਆ ਜਿਵੇਂ ਸਵੈ ਮਾਨ ਲਿਖਤਾ ਵਾਹਵਾ ਪੈਰ 'ਚ ਹੋ ਗਿਆ, ਇਹ ਅਧੂਰਾ ਨਹੀਂ ਹੁੰਦਾ, ਇਹ ਆਪਣੇ ਆਪ ਵਿੱਚ ਪੂਰਾ ਹੁੰਦਾ। ਠੀਕ ਹੈ, ਅੱਗੇ ਦੇਖਦੇ ਹਾਂ। ਇਸ ਲਈ ਦਬਾਅ ਜਾਂ ਬਲ ਨੂੰ ਪ੍ਰਗਟਾਉਣ ਲਈ ਸਹੀ ਲਗਾਖਰ ਕਿਹੜਾ ਹੈ? ਅੱਧਕ ਦੀ ਵਰਤੋਂ ਹੁੰਦੀ ਹੈ। ਅੱਗੇ ਦੇਖਦੇ ਆਪਾਂ, ਪੰਜਾਬੀ ਦੀ ਕਿਸ ਉਪਭਾਸ਼ਾ ਦੇ ਵਿੱਚ ਆਹਾ ਧੁਨੀ ਉੱਤੇ ਵੱਧ ਬਲ ਦਿੱਤਾ ਜਾਂਦਾ ਹੈ? ਕਿਹੜੀ ਇਹੋ ਜਿਹੀ ਭਾਸ਼ਾ ਹੈ, ਉਪਭਾਸ਼ਾ ਹੈ? ਉਪਭਾਸ਼ਾ ਕਿਹੜੀ ਹੁੰਦੀ? ਜਿਹੜੀ ਖੇਤਰੀ ਭਾਸ਼ਾ ਹੁੰਦੀ ਨਾ, ਉਹਨੂੰ ਉਪਭਾਸ਼ਾ ਹੀ ਕਹਿ ਦਿੱਤਾ ਜਾਂਦਾ, ਜਿਹੜੀ ਖੇਤਰ ਦੀ ਭਾਸ਼ਾ ਹੁੰਦੀ ਹੈ।
ਅਤੇ ਆਪਣੀ ਉਪਭਾਸ਼ਾਵਾਂ ਕਿੰਨੀਆਂ ਨੇ ਆਪਣੇ ਇੱਥੇ ਪੰਜਾਬ ਦੇ ਵਿੱਚ? ਹੁਣ ਤਾਂ 4 ਨੇ, ਪਹਿਲਾਂ ਕਿੰਨੀਆਂ ਸੀ ਜਦੋਂ ਆਪਣੀ ਵੰਡ ਨਹੀਂ ਹੋਈ ਹੋਈ ਸੀ? ਉਦੋਂ 6 ਸੀ। ਉਦੋਂ ਕਿਹੜੀ ਕਿਹੜੀ ਪੋਠੋਹਾਰੀ ਅਤੇ ਮੁਲਤਾਨੀ ਵੀ ਇਹਦੇ ਵਿੱਚ ਸੀ? ਹੁਣ ਦੁਆਬੀ, ਮਲਵਈ, ਮਾਝੀ, ਪੁਆਧੀ, ਮਲਵਈ ਪੁਆਧੀ ਨਹੀਂ ਹੈ, ਹੁਣ ਤਾਂ ਦੁਆਬੀ, ਮਲਵਈ, ਮਾਝੀ ਅਤੇ ਇੱਕ ਹੋਰ ਹੈ ਇਹਦੇ ਵਿੱਚ। ਇਹਦੇ ਵਿੱਚ ਤੁਸੀਂ ਆਨਸਰ ਦੇਣਾ ਹੈ, ਉੱਤਰ ਦੇਣਾ ਹੈ ਕਿ ਹਾਹਾ ਧੁਨੀ ਉੱਤੇ ਬਲ ਵੱਧ ਬਲ ਦਿੱਤਾ ਜਾਂਦਾ ਕਿਹੜੀ ਉਪਭਾਸ਼ਾ ਦੇ ਵਿੱਚ? ਇਹਦਾ ਕਰੈਕਟ ਆਨਸਰ ਮਲਵਈ ਹੋ ਜਾਏਗਾ, ਉੱਤਰ ਮਲਵਈ। ਦੇਖੋ ਪੰਜਾਬੀ ਦੀ ਮਲਵਈ ਉਪਭਾਸ਼ਾ ਹੈ ਨਾ, ਇਹਦੇ ਵਿੱਚ ਹਾਹਾ ਧੁਨੀ ਉੱਤੇ ਵੱਧ ਬਲ ਦਿੱਤਾ ਜਾਂਦਾ, ਹਾਹਾ ਧੁਨੀ ਉੱਤੇ ਜ਼ਿਆਦਾ ਬਲ ਮਲਵਈ ਉਪਭਾਸ਼ਾ ਵਿੱਚ ਦਿੱਤਾ ਜਾਂਦਾ ਹੈ। ਹੇਠਾਂ ਲਿਖੇ ਅੰਗਰੇਜ਼ੀ ਸ਼ਬਦਾਂ ਦੇ ਵਿੱਚ ਪੰਜਾਬੀ ਅਨੁਵਾਦ ਦਾ ਕਿਹੜਾ ਜੁੱਟ ਸਹੀ ਨਹੀਂ ਹੈ? ਉਹਨਾਂ ਸਹੀ ਨਹੀਂ ਹੈ ਪੁੱਛਿਆ, ਠੀਕ ਹੈ। ਇਹਦੇ ਵਿੱਚ ਆਪਸ਼ਨ ਦੇਖੋ, ਐਕਸਪੋਰਟ, ਦਰਾਮਦ, ਇਹ ਸਾਰੇ ਇਹਨਾਂ ਦੇ ਹੈਗੇ ਨੇ। ਕਰੰਸੀ, ਮੁਦਰਾ, ਮੁਦਰਾ ਨੂੰ ਇੰਗਲਿਸ਼ ਵਿੱਚ ਕਰੰਸੀ ਕਹਿ ਦਿੰਦੇ ਨੇ, ਸਹੀ ਹੈ। ਬਿਜ਼ਨਸ, ਬਿਜ਼ਨਸ ਕੀ ਹੁੰਦਾ? ਵਪਾਰ ਹੁੰਦਾ ਹੈ, ਅਤੇ ਇੱਥੇ ਵਣਜ ਲਿਖਿਆ ਵਾ, ਮੇਰੇ ਖਿਆਲ 'ਚ ਇਹੀ ਗਲਤ ਹੈ। ਐਕਸਪੋਰਟ ਕੀ ਹੁੰਦਾ? ਇਹ ਵਪਾਰ, ਇਹ ਐਕਸਪੋਰਟ, ਇੰਪੋਰਟ। ਆਪਾਂ ਆਨਸਰ ਇਹਦੇ ਡਾਇਰੈਕਟ ਚੱਲਦੇ ਹਾਂ, ਗਲਤ ਨਾ ਕੋਈ ਹੋ ਜਾਏ। ਹਾਂਜੀ, ਹੇਠਲੇ ਪੰਜਾਬੀ ਅਨੁਵਾਦ ਦੇ ਵਿੱਚ ਜੁੱਟ ਅਸੀਂ ਉਪਯੋਗ ਨਹੀਂ ਕਰ ਸਕਦੇ ਕਿਉਂਕਿ ਇਹ ਸਹੀ ਨਹੀਂ ਹੈ। ਕਿਹੜਾ ਅਨੁਵਾਦ ਸਹੀ ਨਹੀਂ ਕਰ ਸਕਦੇ ਜੁੱਟ? ਦੇਖੋ ਐਕਸਪੋਰਟ ਹੁੰਦਾ ਨਿਰਯਾਤ, ਉੱਥੇ ਲਿਖਿਆ ਹੋਇਆ ਸੀ ਵਪਾਰ, ਹੈ ਨਾ, ਉਹ ਗਲਤ ਸੀ। ਇੱਥੇ ਦਰਾਮਦ ਹੀ ਹੁੰਦਾ ਇੰਪੋਰਟ, ਅਤੇ ਵਪਾਰ ਹੁੰਦਾ ਬਿਜ਼ਨਸ, ਠੀਕ ਹੈ। ਮੁਦਰਾ, ਕਰੰਸੀ, ਠੀਕ ਹੈ, ਇਹ ਸਾਰੇ ਹੁਣ ਠੀਕ ਦਿੱਤੇ ਹੋਏ ਨੇ ਇੱਥੇ, ਠੀਕ ਹੈ। ਅੱਗੇ ਚੱਲਦੇ ਆਪਾਂ, ਜਿੱਥੇ ਦਾਦ ਫਰਿਆਦ ਦਾ ਕੋਈ ਲਾਭ ਨਾ ਹੋਵੇ, ਦਾਦ ਜਾਂ ਫਰਿਆਦ, ਕੋਈ ਫਰਿਆਦ ਕੀਤੀ ਹੋਵੇ ਉੱਥੇ ਕੋਈ ਲਾਭ ਨਾ ਹੋਵੇ, ਉੱਥੇ ਕਿਹੜਾ ਮੁਹਾਵਰਾ ਢੁਕਵਾਂ ਹੁੰਦਾ ਹੈ? ਇਹੋ ਜਿਹੇ ਐਗਜ਼ਾਮ ਦੇ ਵਿੱਚ ਬਹੁਤ ਹੀ ਕੁਸ਼ਚਨ ਬਣਦੇ ਨੇ, ਦੇਖਦੇ ਹਾਂ। ਹੱਥਾਂ ਪੈਰਾਂ ਦੀ ਪੈਣਾ, ਹੱਥਾਂ ਪੈਰਾਂ ਦੇ ਪੈਣਾ ਤਾਂ ਇਹ ਤਾਂ ਡਰ ਜਾਣਾ ਦੇ ਵਿੱਚ ਆ ਜਾਏਗਾ, ਹੈ ਨਾ। ਆਪਣੇ ਪੈਰੀ ਆਪ ਹੀ ਕੁਹਾੜਾ ਮਾਰਨਾ, ਇਹ ਮਤਲਬ ਆਪਣਾ ਨੁਕਸਾਨ ਆਪ ਕਰ ਲੈਣਾ। ਅੰਨੇ ਅੱਗੇ ਦੀਦੇ ਗਾਲਣਾ, ਇਹ ਸਹੀ ਹੈ, ਇਹਦਾ ਕਰੈਕਟ ਆਨਸਰ ਹੋ ਗਿਆ। ਅੰਨੇ ਅੱਗੇ ਦੀਦੇ ਗਾਲਣਾ ਮਤਲਬ ਜਿਵੇਂ ਕਹਿੰਦੇ ਨੇ ਕਿ ਮੱਝ ਅੱਗੇ ਬੀਨ, ਭੈਂਸ ਅੱਗੇ ਬੀਨ ਵਜਾਉਣਾ, ਉਸ ਤਰ੍ਹਾਂ ਦਾ ਮੁਹਾਵਰਾ ਇਹ ਵੀ ਹੈਗਾ। ਦਾਦ ਫਰਿਆਦ ਦਾ ਕੋਈ ਲਾਭ ਨਹੀਂ, ਲਾਭ ਨਾ ਹੋਵੇ, ਜਦੋਂ ਕੋਈ ਫਰਿਆਦ ਕਰਦੇ ਹਾਂ ਤਾਂ ਉਹਦਾ ਕੋਈ ਲਾਭ ਨਾ ਹੋਵੇ, ਅਤੇ ਇਹ ਉਸ ਲਈ ਢੁਕਵਾਂ ਮੁਹਾਵਰਾ ਹੈ। ਆਲੇ ਕੌਡੀ, ਛਿੱਕੇ ਕੌਡੀ ਕਰਨਾ, ਇਹ ਸਾਰੇ ਮੁਹਾਵਰੇ ਨੇ। ਕਈ ਵਾਰ ਆਪਸ਼ਨ ਦੇ ਵਿੱਚ ਪੁੱਛ ਲੈਣਗੇ ਕਿ ਇਹਨਾਂ ਵਿੱਚੋਂ ਕਿਹੜਾ ਮੁਹਾਵਰਾ ਹੈ, ਬਾਕੀ ਅਖਾਣ ਦਿੱਤੇ ਹੋਏ ਹੋ ਸਕਦੇ ਨੇ, ਕੋਈ ਅਖਾਣ ਹੋਣਗੇ, ਪਰ ਇਹ ਸਾਰੇ ਮੁਹਾਵਰੇ ਤੁਸੀਂ ਯਾਦ ਰੱਖ ਸਕਦੇ ਹੋ, ਜਿਵੇਂ ਆਲੇ ਕੌਡੀ, ਛਿੱਕੇ ਕੌਡੀ ਕਰਨਾ, ਅੱਗੇ ਅੰਨੇ ਅੱਗੇ ਦੀਦੇ ਗਾਲਣਾ। ਇੱਥੇ ਅਖਾਣ ਵੀ ਲਿਖਾ ਹੋਇਆ ਆ ਸਕਦਾ, ਪਰ ਤੁਸੀਂ ਅਖਾਣ, ਇਹ ਸਾਰੇ ਕੀ ਨੇ? ਮੁਹਾਵਰੇ ਨੇ, ਇਹ ਧਿਆਨ ਵਿੱਚ ਰੱਖਣਾ ਤੁਸੀਂ ਇਹਨਾਂ ਗੱਲਾਂ ਨੂੰ, ਛੋਟੀਆਂ ਛੋਟੀਆਂ ਨੂੰ। ਹੱਥਾਂ ਪੈਰਾਂ ਦੀ ਪੈਣ, ਇਹ ਆਪਾਂ ਹੁਣੇ ਦੇਖਿਆ, ਇਹਦਾ ਮਤਲਬ ਕਿ ਜਿੱਥੇ ਕੰਮ ਨਹੀਂ ਚੱਲਦਾ ਉੱਥੇ ਕਿਸੇ ਨੂੰ ਕਿਸੇ ਪਰੇਸ਼ਾਨੀ ਵਿੱਚ ਪੜਨਾ ਪੈਂਦਾ ਹੈ। ਅੱਗੇ ਦੇਖਦੇ ਹਾਂ, ਆਪਣੇ ਪੈਰੀ ਆਪ ਕੁਹਾੜਾ ਮਾਰਨਾ, ਮਤਲਬ ਖੁਦ ਨੂੰ ਮਾਰਨਾ, ਮਾਰਨ ਲਈ ਸਾਹਮਣੇ ਵੱਧ ਕੇ ਕਰ ਲਿਆ ਅੱਗੇ ਜਾਵੇ ਤਾਂ ਉੱਥੇ ਕਿਸੇ ਲਾਭ ਨਹੀਂ ਹੋਣਾ। ਇਹ ਤਾਂ ਥੋੜ੍ਹਾ ਜਿਹਾ ਡੀਪਲੀ ਜਿਹਾ ਦਰਸਾਇਆ ਗਿਆ, ਮਤਲਬ ਆਪਣਾ ਨੁਕਸਾਨ ਆਪਣੇ ਆਪ ਹੀ ਕਰ ਬੈਠਣਾ, ਇਹੋ ਜਿਹੀ ਆਨਸਰ ਇਹਦਾ ਹੋਏਗਾ, ਠੀਕ ਹੈ। ਅੰਨੇ ਅੱਗੇ ਦੀਦੇ ਬਾਲਣਾ, ਇਸ ਮੁਹਾਵਰੇ ਦੇ ਵਿੱਚ ਕੀ ਦਿਖਾਇਆ ਗਿਆ? ਇਹਦੇ ਵਿੱਚ ਦੱਸਿਆ ਗਿਆ ਕਿ ਕੋਈ ਕੁਝ ਸਮਝ ਨਹੀਂ ਆ ਰਿਹਾ, ਜਦੋਂ ਕੁਝ ਸਮਝ ਨਾ ਆ ਰਿਹਾ ਹੋਵੇ ਨਾ, ਉੱਥੇ ਬਕਵਾਸ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋ ਰਿਹਾ, ਉੱਥੇ ਕੋਈ ਫਾਇਦਾ ਨਹੀਂ ਹੈਗਾ, ਉੱਥੇ ਨਾ ਹੀ ਕੋਈ ਫਰਿਆਦ ਕਰਨ ਦਾ, ਨਾ ਦੀਦ ਕਰਨ ਦਾ, ਨਾ ਸਮਝਾਉਣ ਦਾ ਕੋਈ ਫਾਇਦਾ। ਆਲੇ ਕੌਡੀ, ਛਿੱਕੇ ਕੌਡੀ ਕਰਨਾ, ਇਹਦਾ ਮੁਹਾਵਰਾ ਦੇਖਦੇ ਹਾਂ, ਇਹ ਤਾਂ ਮੈਨੂੰ ਵੀ ਨਹੀਂ ਪਤਾ, ਵੈਸੇ ਦੇਖਦੇ ਹਾਂ। ਇਸ ਮੁਹਾਵਰੇ ਨਾਲ ਦਿਖਾਇਆ ਜਾਂਦਾ ਹੈ ਕਿ ਜਿੱਥੇ ਕੋਈ ਫਾਇਦਾ ਨਹੀਂ ਹੋ ਰਿਹਾ ਉੱਥੇ ਅਣਗਾਵਾਂ ਵਾਲੀ ਬਕਵਾਸ ਕਰਨਾ ਵਰਤਾਵਾ ਨਹੀਂ ਹੁੰਦਾ, ਠੀਕ ਹੈ, ਇਹੀ ਇਹਦਾ ਮਤਲਬ ਹੈ। ਹੇਠਾਂ ਲਿਖੇ ਵਾਕਾਂ ਦੇ ਵਿੱਚੋਂ ਕਿਸ ਅੰਦਰ ਗੁਣਵਾਚਕ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ, ਵਰਤੋਂ ਨਹੀਂ ਹੋਈ ਹੈ? ਦੇਖੋ ਆ ਨਹੀਂ ਲਿਖਿਆ ਹੋਇਆ ਨਾ, ਇਹ ਬੜਾ ਕਨਫਿਊਜ਼ ਕਰਦਾ ਕਈ ਵਾਰ।
ਹੇਠਾਂ ਲਿਖੇ ਵਾਕਾਂ ਦੇ ਵਿੱਚੋਂ ਕਿਸ ਅੰਦਰ ਗੁਣਵਾਚਕ ਵਿਸ਼ੇਸ਼ਣ ਦੀ ਵਰਤੋਂ ਨਹੀਂ ਹੋਈ। ਹੁਣ ਪਹਿਲਾ ਆਪਣਾ ਇਹਦਾ ਪੁਆਇੰਟ ਹੈ, ਉਹ ਮੁੰਡਾ ਮੇਰਾ ਮਿੱਤਰ ਹੈ, ਇਹਦੇ ਵਿੱਚ ਕਿਹੜਾ ਗੁਣ ਆ ਗਿਆ ਦੇਖਦੇ ਹਾਂ। ਸ਼ਹਿਰੀ ਲੋਕ ਦੇਰ ਨਾਲ ਸੌਂਦੇ ਹਨ, ਫਿਰ ਅੱਜ ਉਸ ਨੇ ਕਾਲੀ ਪੱਗ ਬੰਨ੍ਹੀ। ਹਾਂ ਇਹਦੇ ਵਿੱਚ ਤਾਂ ਹੈ ਨਾ ਵਿਸ਼ੇਸ਼ਣ ਹੈਗਾ, ਗੁਣ ਦਾ ਦਿਸਾ ਹੈਗਾ, ਪੱਗ ਕਿਹੋ ਜਿਹੀ ਹੈ, ਕਾਲੀ ਉਹਨੇ ਦਸਤਾਰ ਸਜਾਈ ਹੈ। ਉਸ ਨੂੰ ਚੋਰੀ ਦੀ ਮਾੜੀ ਆਦਤ ਹੈ, ਆਦਤ ਹੋ ਗਈ ਜਾਂ ਚੋਰੀ ਕਰਨਾ ਮਾੜੀ ਆਦਤ, ਮਾੜੀ ਚੰਗੀ ਹੈ, ਕੀ ਵਿਸ਼ੇਸ਼ਤਾ ਦੱਸਦਾ ਹੈ ਇਹਦੇ ਵਿੱਚ, ਦੇਰ ਕੀ ਹੈ, ਇਹ ਵੀ ਇੱਕ ਤਰ੍ਹਾਂ ਨਾਲ ਵਿਸ਼ੇਸ਼ਣ ਹੀ ਹੈ। ਉਹ ਮੁੰਡਾ ਮੇਰਾ ਮਿੱਤਰ ਹੈ, ਇਹਦੇ ਵਿੱਚ ਕੋਈ ਵਿਸ਼ੇਸ਼ਤਾ ਤਾਂ ਨਹੀਂ ਦਰਸਾਈ ਗਈ। ਦੇਖਦੇ ਹਾਂ ਇਹਦਾ ਆਂਸਰ ਕੀ ਹੈ। ਇਹਦਾ ਆਂਸਰ ਹੈ, ਇੱਕ ਸੈਕਿੰਡ, ਉਹ ਮੁੰਡਾ ਮੇਰਾ ਮਿੱਤਰ ਹੈ, ਸ਼ਹਿਰੀ ਲੋਕ ਦੇਰ ਨਾਲ ਸੌਂਦੇ ਹਨ, ਆਂਸਰ ਇਹਦਾ ਇਹ ਦਰਸਾ ਗਿਆ। ਦੇਖਦੇ ਹਾਂ ਕਿਵੇਂ ਗੁਣਵਾਚਕ ਇਹਦੇ ਵਿੱਚ ਵਿਸ਼ੇਸ਼ਣ ਕੀ ਹੈ, ਦੇਰ। ਸਹੀ ਵਰਤੋਂ ਕਿਵੇਂ ਕਰਾਂਗੇ ਇਹਦੇ ਵਿੱਚ, ਸ਼ਹਿਰੀ ਲੋਕ ਨੇ ਨਾ ਜਿਹੜੇ ਦੇਰ ਵਾਲੇ ਹੋਣ ਦੇ ਨਾਲ ਬਹੁਤ ਸੌਂਦੇ ਹਨ। ਇਹਦੇ ਵਿੱਚ ਉਹਨਾਂ ਪੁੱਛਿਆ ਕਿਹੜਾ ਨਹੀਂ ਵਿਸ਼ੇਸ਼ਣ ਹੈ, ਗੁਣਵਾਚਕ ਵਿਸ਼ੇਸ਼ਣ ਦੀ ਵਰਤੋਂ ਨਹੀਂ ਹੋਈ ਜਿਹਦੇ ਵਿੱਚ, ਇਹਦੇ ਵਿੱਚ ਗੁਣ ਨਹੀਂ ਦਰਸਾਇਆ ਗਿਆ, ਤਾਂ ਇਹੀ ਕਰੈਕਟ ਆਂਸਰ ਹੋਏਗਾ, ਸ਼ਹਿਰੀ ਲੋਕ ਦੇਰ ਨਾਲ ਨਹੀਂ ਸੌਂਦੇ। ਠੀਕ ਹੈ, ਇਹਦਾ ਫਿਰ ਵੀ ਐਕਸਪਲੇਨ ਕਰਨੇ ਆਪਾਂ। ਸ਼ਹਿਰੀ ਲੋਕ ਦੇਰ ਵਾਲੇ ਹੋਣ ਦੇ ਨਾਲ, ਇਹ ਸਹੀ ਵਰਤੋਂ ਇਸ ਤਰ੍ਹਾਂ ਹੋਏਗੀ ਵਾਕ ਦੀ। ਠੀਕ ਹੈ, ਉੱਥੇ ਰੋਂਗ ਲਿਖਿਆ ਹੋਇਆ, ਦੇਖੋ ਸ਼ਹਿਰੀ ਲੋਕ ਦੇਰ ਨਾਲ ਨਹੀਂ ਸੌਂਦੇ, ਸ਼ਹਿਰੀ ਲੋਕ ਦੇਰ ਵਾਲੇ ਹੋਣ ਕਰਕੇ, ਕਿਉਂਕਿ ਦੇਰ ਵਾਲੇ ਹੈਗੇ ਨੇ ਨਾ, ਇਸ ਕਰਕੇ ਇਹਦਾ ਬਹੁਤ ਇਸ ਕਰਕੇ ਕੀ ਹੋ ਜਾਏਗਾ, ਇਹਦਾ ਦੇਰ ਵਾਲੇ ਹੋਣ ਦੇ ਨਾਲ ਬਹੁਤ ਸੌਂਦੇ ਹਨ। ਅੱਗੇ ਉੱਤਰ ਦੇਖਦੇ ਹਾਂ, ਇਸ ਵਾਕਾਂ ਦੇ ਵਿੱਚ ਗੁਣਵਾਚਕ ਵਿਸ਼ੇਸ਼ਣ ਦੇਰ ਦੀ ਵਰਤੋਂ ਸਹੀ ਨਹੀਂ ਹੋਈ ਹੈ। ਗੁਣਵਾਚਕ ਵਿਸ਼ੇਸ਼ਣ ਜਿਹੜਾ ਦੇਰ ਹੈ ਨਾ, ਦੇਰ ਦੀ ਬਜਾਏ ਦੇਰ ਵਾਲੇ ਵਰਤਣਾ ਚਾਹੀਦਾ ਹੈ। ਇਹਨਾਂ ਇਹਦਾ ਐਕਸਪਲੇਨ ਇਹੀ ਕੀਤਾ ਕਿ ਦੇਰ ਵਾਲੇ ਹੋਣਾ ਚਾਹੀਦਾ ਹੈ, ਸ਼ਹਿਰੀ ਲੋਕ ਕੀ ਨੇ, ਦੇਰ ਵਾਲੇ, ਜਿਸ ਨੂੰ ਵਾਕਾਂ 'ਚ ਸ਼ਹਿਰੀ ਲੋਕ ਦੇ ਰੂਪ ਵਿੱਚ ਸਹੀ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ। ਇਹਦਾ ਕਰੈਕਟ ਆਂਸਰ ਵੀ ਇਹੀ ਹੋਏਗਾ। ਅੱਗੇ ਦੇਖਦੇ ਹਾਂ, ਹੇਠ ਲਿਖਿਆਂ ਦੇ ਵਿੱਚੋਂ ਭਾਵਵਾਚਕ ਨਾਭ ਚੁਣੋ। ਇਹਦੇ ਵਿੱਚ ਆਪਸ਼ਨ ਨੇ ਤੁਹਾਡੇ ਸਾਹਮਣੇ, ਦੇਖੋ ਮੋਤੀ ਭਾਵਵਾਚਕ ਤਾਂ ਨਹੀਂ ਦਿਖ ਰਿਹਾ ਹੈ ਨਾ, ਇਹ ਵੀ ਕੱਟ ਦਿੰਦੇ ਹਾਂ। ਸ਼ਹਿਰ ਇਹ ਵੀ ਨਹੀਂ ਭਾਵ ਕੋਈ ਦਰਸਾ ਰਿਹਾ, ਇਹ ਤਾਂ ਜਗ੍ਹਾ ਕੋਈ ਹੋ ਸਕਦੀ, ਸਥਾਨ ਹੋ ਸਕਦਾ, ਦੁੱਧ ਇਹ ਵੀ ਨਹੀਂ ਭਾਵ ਦਰਸਾ ਰਿਹਾ, ਤਾਂ ਇਹਦੇ ਵਿੱਚ ਖੁਸ਼ੀ ਹੋ ਗਈ, ਗਮੀ ਹੋ ਗਈ, ਇਸ ਤਰ੍ਹਾਂ ਉਦਾਸੀ ਹੋ ਗਈ, ਇਹ ਸਾਰੇ ਕੀ ਭਾਵਵਾਚਕ ਦੇ ਗੁਣ ਨੇ। ਭਾਵਵਾਚਕ ਨਾਵ ਹੈ ਨਾ ਜਿਹੜਾ, ਇਹਦੇ ਜਿਹੜੇ ਸ਼ਬਦ ਤੋਂ ਕਿਸੇ ਗੁਣ, ਹਾਲਤ, ਭਾਵ ਆਦਿ ਦਾ ਗਿਆਨ ਹੋਵੇ ਉਸਨੂੰ ਭਾਵਵਾਚਕ ਕਿਹਾ ਜਾਂਦਾ ਹੈ। ਜਿਨ੍ਹਾਂ ਚੀਜ਼ਾਂ ਦੇ ਵਿੱਚ ਨਾ ਭਾਵਵਾਚਕ ਨਾਵ ਵਰਤੇ ਜਾਂਦੇ ਹਨ, ਉਹਨਾਂ ਨੂੰ ਕੇਵਲ ਮਹਿਸੂਸ ਕੀਤਾ ਜਾਂਦਾ, ਵੇਖਿਆ ਜਾਂ ਛੋਇਆ ਨਹੀਂ ਜਾਂਦਾ, ਮਹਿਸੂਸ ਕੀਤਾ ਜਾਂਦਾ। ਜਿਵੇਂ ਹਵਾ ਨੂੰ ਛੋਇਆ ਨਹੀਂ ਜਾਂਦਾ ਨਾ, ਉਸੇ ਤਰ੍ਹਾਂ ਭਾਵ ਜਿਹੜੇ ਹੁੰਦੇ ਨੇ, ਫੀਲਿੰਗਸ ਹੁੰਦੀਆਂ ਨੇ, ਉਹਨਾਂ ਨੂੰ ਛੋਇਆ ਨਹੀਂ ਜਾ ਸਕਦਾ। ਜਿਵੇਂ ਸੁੰਦਰਤਾ ਹੋ ਗਈ, ਆਪਾਂ ਛੂਹ ਤਾਂ ਨਹੀਂ ਸਕਦੇ ਨਾ, ਤੋ ਕਿੰਨਾ ਸੁੰਦਰਤਾ ਹੈ, ਇਸ ਤਰ੍ਹਾਂ ਸੁੰਦਰਤਾ ਸ਼ਬਦ ਹੋ ਗਿਆ, ਸਿਹਤ ਹੋ ਗਿਆ, ਗੁਲਾਮੀ ਹੋ ਗਈ, ਇਹ ਸ਼ਬਦ ਭਾਵਵਾਚਕ ਦਾ ਬੋਧ ਕਰਵਾਉਂਦੇ ਨੇ। ਜਿਵੇਂ ਗਰੀਬੀ ਹੋ ਗਈ, ਬਿਮਾਰੀ ਹੋ ਗਈ, ਖੁਸ਼ੀ ਹੋ ਗਈ, ਸੁੱਖ ਹੋ ਗਿਆ, ਬਚਪਨ, ਬੁਢੇਪਾ, ਪਿਆਰ, ਦੇਸ਼ ਭਗਤੀ, ਵਫਾਦਾਰੀ, ਇਹ ਸਾਰੇ ਕੀ ਨੇ, ਭਾਵਵਾਚਕ ਵਿਸ਼ੇਸ਼ਣ। ਨਾਵ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਪੰਜ ਪ੍ਰਕਾਰ ਦੇ, ਇਹਨਾਂ ਦੀ ਕਿਸਮਾਂ ਲਿਖੀਆਂ ਹੋਈਆਂ ਨੇ, ਦੇਖੋ ਨਿੱਜਵਾਚਕ, ਜਾਤੀਵਾਚਕ, ਸਮੂਹਵਾਚਕ, ਪਦਾਰਥਵਾਚਕ ਅਤੇ ਭਾਵਵਾਚਕ। ਫਿਰ ਆਪਾਂ ਇੱਕ ਵਾਰ ਰਿਪੀਟ ਕਰਦੇ ਹਾਂ, ਨਾਵ ਕਿੰਨੇ ਪ੍ਰਕਾਰ ਦੇ ਨੇ, ਪੰਜ ਪ੍ਰਕਾਰ ਦੇ। ਹੁਣ ਤੁਸੀਂ ਇਹਦੇ ਕਮੈਂਟ ਬਾਕਸ ਦੇ ਵਿੱਚ ਆਨਸਰ ਦਿਓਗੇ, ਪੜਨਾਵ ਕਿੰਨੀ ਤਰ੍ਹਾਂ ਦੇ ਹੁੰਦੇ ਨੇ, ਪੜਨਾਵ ਅਤੇ ਕਾਰਕ, ਇਹ ਦੋਨੋਂ ਤੁਸੀਂ ਉੱਤਰ ਦਿਓਗੇ ਇਹਦੇ ਕਮੈਂਟ ਬਾਕਸ ਦੇ ਵਿੱਚ। ਇਹ ਪੜਨਾਵ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਅਤੇ ਕਾਰਕ, ਦੋਨੋਂ ਲਿਖ ਕੇ ਦੱਸਣਾ ਤੁਸੀਂ ਕਿ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਪੜਨਾਵ ਅਤੇ ਕਾਰਕ। ਆਪਾਂ ਇੱਥੇ ਨਾਵ ਕੀਤਾ, ਨਾਵ ਪੰਜ ਪ੍ਰਕਾਰ ਦੇ ਹੁੰਦੇ ਨਾ, ਨਿੱਜਵਾਚਕ, ਜਾਤੀਵਾਚਕ, ਸਮੂਹਵਾਚਕ, ਪਦਾਰਥਵਾਚਕ ਅਤੇ ਭਾਵਵਾਚਕ, ਇਹ ਪੰਜ ਪ੍ਰਕਾਰ ਦੇ ਨਾਵ ਹੋ ਗਏ।
ਵਾਕ ਬਣਤਰ ਵਿੱਚ ਕਿੰਨੀਆਂ ਵਿਆਕਰਨਕ ਇਕਾਈਆਂ ਹੁੰਦੀਆਂ ਹਨ? ਵਾਕ ਬਣਤਰ ਦੇ ਵਿੱਚ 3 ਵਿਆਕਰਨਿਕ ਇਕਾਈਆਂ ਹੁੰਦੀਆਂ ਹਨ। ਆਪਸ਼ਨ ਨੇ 1, 2, 3, ਪਰ ਇਹਦਾ ਕਰੈਕਟ ਆਂਸਰ 3 ਆ ਜਾਏਗਾ। ਵਾਕ ਬਣਤਰ ਦੇ ਵਿੱਚ ਵਾਕੰਸ਼ ਇੱਕ ਹੁੰਦਾ ਹੈ, ਇੱਕ ਹੁੰਦਾ ਉਪਵਾਕ ਅਤੇ ਇੱਕ ਹੁੰਦਾ ਵਾਕ। ਇਹ 3 ਵਾਕੰਸ਼ ਇਹਦੇ ਵਾਕ ਦੇ ਬਣਤਰ ਦੀ ਹੁੰਦੀਆਂ ਨੇ। ਵਾਕ ਦੀਆਂ ਵਿਆਕਰਨਿਕ ਇਕਾਈਆਂ ਨੂੰ ਵਿਚਾਰਿਆ ਜਾਂਦਾ ਹੈ, ਇਹਨਾਂ ਦੇ ਵਿੱਚ ਵਿਚਾਰਿਆ ਜਾਂਦਾ ਹੈ। ਵਾਕ ਬਣਤਰ ਵਿੱਚ 3 ਵਿਆਕਰਨਿਕ ਇਕਾਈਆਂ ਹੁੰਦੀਆਂ ਨੇ। ਕਿੰਨੀਆਂ? 3। 3 ਵਿਆਕਰਨਿਕ ਇਕਾਈਆਂ ਹੁੰਦੀਆਂ ਨੇ। ਪ੍ਰਸ਼ਨ ਕੀ ਹੈ, ਇਹਨਾਂ ਪੁੱਛਿਆ ਵਿਆਕਰਨਿਕ ਇਕਾਈਆਂ ਕਿੰਨੀਆਂ ਹੁੰਦੀਆਂ ਨੇ ਵਾਕ ਬਣਤਰ ਦੇ ਵਿੱਚ, ਤਾਂ ਇਹਦੀਆਂ 3 ਹੋ ਜਾਂਦੀਆਂ ਨੇ। ਕਿਹੜੀਆਂ? ਵਾਕੰਸ਼ ਹੋਰ ਕਿਹੜੀ? ਵਾਕ ਇੱਕ ਹੋ ਗਈ ਅਤੇ ਇੱਕ ਹੋ ਗਿਆ ਉਪਵਾਕ। ਇਸ ਤਰ੍ਹਾਂ ਇਹ ਸਾਰੇ ਇਹਦੇ 3 ਵਿਆਕਰਨਿਕ ਇਕਾਈਆਂ ਹੋ ਜਾਂਦੀਆਂ ਨੇ। ਇਹ ਇਕਾਈਆਂ ਇੱਕ ਦੂਜੇ ਦੇ ਨਾਲ ਅੰਤਰ ਸੰਬੰਧਿਤ ਹਨ, ਅੰਤਰ ਸੰਬੰਧਿਤ ਹਨ, ਆਪਣੇ ਆਪ ਹੀ ਅੰਤਰ ਸੰਬੰਧਿਤ ਹਨ, ਅਤੇ ਇਹਨਾਂ ਨੂੰ ਇੱਕ ਦੂਜੇ ਦੇ ਸੰਦਰਭ ਦੇ ਵਿੱਚ ਵੀ ਸਮਝਿਆ ਜਾ ਸਕਦਾ ਹੈ। ਜੇਕਰ ਕੋਈ ਇੱਕ ਚੀਜ਼ ਨਾ ਹੋਏਗੀ ਤਾਂ ਦੂਸਰੇ ਦਾ ਅਰਥ ਨਹੀਂ ਪਤਾ ਲੱਗੇਗਾ। ਦੇਖੋ, ਵਾਕੰਸ਼ ਤੋਂ ਕੀ ਬਣੇਗਾ? ਉਪਵਾਕ ਬਣੇਗਾ ਨਾ। ਪਹਿਲਾਂ ਵਾਕੰਸ਼ ਆਏਗਾ, ਫਿਰ ਉਪਵਾਕ ਬਣੇਗਾ, ਫਿਰ ਵਾਕ ਬਣੇਗਾ। ਇਹ ਕਾਰਜੀ ਇਕਾਈਆਂ ਨੇ, ਇੱਕ ਤਰ੍ਹਾਂ ਨਾਲ ਸੁਤੰਤਰ ਨਹੀਂ, ਆਪਣੇ ਆਪ ਵਿੱਚ ਬੰਦੇ ਜੀ ਵੀ ਹੋ ਸਕਦੇ ਹਨ। ਜਿਵੇਂ ਕਿ ਇੱਕ ਕੋਈ ਵਾਕ ਹੈ, ਉਹਦੇ ਵਿੱਚ ਕੋਈ ਵਾਕੰਸ਼ ਕੱਢ ਲਿਆ ਜਾਏ, ਕੋਈ ਅਰਥਪੂਰਨ ਵਾਕ ਹੈ ਉਹਦੇ ਵਿੱਚ ਵਾਕੰਸ਼ ਕੱਢ ਲਿਆ ਜਾਏ, ਤਾਂ ਉਹਦਾ ਕੀ ਬਣੇਗਾ? ਉਹਦਾ ਕੋਈ ਮਤਲਬ ਬਦਲ ਜਾਏਗਾ, ਕੋਈ ਮਤਲਬ ਬਦਲ ਜਾਏਗਾ, ਜਾਂ ਫਿਰ ਉਹਦਾ ਕੋਈ ਮਤਲਬ ਰਹਿ ਹੀ ਨਹੀਂ ਜਾਣਾ। ਵਾਕੰਸ਼, ਜਿਹੜਾ ਵਾਕੰਸ਼ ਕੱਢਾਂਗੇ ਨਾ, ਉਹ ਕੋਈ ਮੁੱਖ ਵਾਕੰਸ਼ ਹੋਏ ਤਾਂ ਉਸ ਨੂੰ ਆਪਾਂ ਕੱਢਾਂਗੇ ਤਾਂ ਵਾਕ ਦੀ ਬਣਤਰ ਹੀ ਬਦਲ ਜਾਏਗੀ। ਠੀਕ ਹੈ, ਅੱਗੇ ਦੇਖਦੇ ਹਾਂ। ਇਹ ਇਕਾਈਆਂ ਆਪਸ ਦੇ ਵਿੱਚ ਇੱਕ ਵਿੱਚ ਅੰਗ ਅਤੇ ਸਮੁੱਚ ਦੇ ਰਿਸ਼ਤੇ ਵਿੱਚ ਬੱਝੀਆਂ ਹੋਈਆਂ ਹਨ, ਅੰਗ ਅਤੇ ਸਮੁੱਚ ਦੇ ਰਿਸ਼ਤੇ ਦੇ ਵਿੱਚ ਬੱਝੀਆਂ ਹੋਈਆਂ ਨੇ। ਇਸ ਵਿੱਚ ਭਾਸ਼ਾ ਦਾ ਵਿਆਕਰਨਿਕ ਨਿਯਮ ਪ੍ਰਬੰਧ ਕੰਮ ਰਿਹਾ ਹੁੰਦਾ ਹੈ। ਇਸ ਪ੍ਰਕਾਰ ਵਾਕ ਇੱਕ ਕਾਰਜੀ ਇਕਾਈ, ਕੀ ਹੈ? ਕਾਰਜੀ ਇਕਾਈ। ਵਾਕ ਨੂੰ ਭਾਸ਼ਾ ਦੇ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਇਕਾਈ ਮੰਨਿਆ ਗਿਆ, ਅਤੇ ਸਭ ਤੋਂ ਛੋਟੀ ਇਕਾਈ ਕਿਹੜੀ ਹੈ? ਧੁਨੀ। ਆਪਾਂ ਦੇਖਿਆ ਹੋਇਆ, ਪਹਿਲਾਂ ਪੜ੍ਹਿਆ ਹੋਇਆ ਵੀਡੀਓ ਦੇ ਵਿੱਚ, ਧੁਨੀ ਸਭ ਤੋਂ ਛੋਟੀ ਇਕਾਈ, ਫਿਰ ਵਾਕ ਸਭ ਤੋਂ ਵੱਡੀ ਇਕਾਈ। ਅੱਗੇ ਦੇਖਦੇ ਆਪਾਂ, ਹੇਠ ਲਿਖੇ ਸ਼ਬਦਾਂ ਦੇ ਅੱਗੇ ਕਿਹੜਾ ਅਗੇਤਰ ਲਗਾਇਆ ਜਾਵੇ ਕਿ ਸਹੀ ਇਹਨਾਂ ਨੂੰ ਕਰੈਕਟ ਬਣਾਇਆ ਜਾ ਸਕੇ? ਜਿਵੇਂ ਜੀਵਨੀ, ਜੀਵਨੀ ਅਪਜੀਵਨੀ ਤਾਂ ਨਹੀਂ ਹੋ ਸਕਦਾ, ਹੈ ਨਾ। ਮਾਨ ਅਪਮਾਨ ਵੀ ਨਹੀਂ ਹੋ ਸਕਦਾ, ਅਪਮਾਨ ਹੋ ਸਕਦਾ, ਹਾਂ। ਵਿਸ਼ਵਾਸ ਅਪਵਿਸ਼ਵਾਸ ਵੀ ਨਹੀਂ ਹੋ ਸਕਦਾ। ਇਹੋ ਜਿਹੇ ਸ਼ਬਦ ਤੁਸੀਂ ਦੇਖਣਾ ਜਿਹੜਾ ਇਹਨਾਂ, ਇੱਕ ਸੈਕਿੰਡ, ਇਹਨਾਂ ਸਾਰਿਆਂ ਨਾਲ ਸਹੀ ਬੈਠੇ, ਸਹੀ ਲੱਗ ਜਾਏ। ਵਿਸ਼ਵਾਸ, ਮਾਨ, ਇਹਦੇ ਵਿੱਚ ਸਵੈ ਹੋਏਗਾ, ਠੀਕ ਹੈ। ਸਵੈ ਮਾਨ ਹੋ ਗਿਆ, ਸਵੈ ਜੀਵਨੀ ਹੋ ਗਿਆ, ਸਵੈ ਮਾਨ ਹੋ ਗਿਆ, ਸਵੈ ਵਿਸ਼ਵਾਸ ਹੋ ਗਿਆ, ਸਵੈ ਮਾਨ, ਇਹ ਸਾਰਿਆਂ ਨਾਲ ਕਰੈਕਟ ਬੈਠ ਰਿਹਾ, ਇਸ ਕਰਕੇ ਸਵੈ ਦਾ ਕਰੈਕਟ ਆਂਸਰ ਹੋ ਜਾਏਗਾ। ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਨੇ? ਆਪਸ਼ਨ ਤੁਹਾਡੇ ਸਾਹਮਣੇ ਨੇ, ਆਪਸ਼ਨ ਤੁਹਾਡੇ ਸਾਹਮਣੇ ਨੇ। 5, 5 ਤਾਂ ਆਪਾਂ ਪੜ੍ਹਿਆ ਸੀ ਨਾ, ਨਾਭ ਹੁੰਦੇ ਨੇ, ਹੈ ਨਾ। ਅਤੇ ਤੁਹਾਡੇ ਕੋਲ ਪ੍ਰਸ਼ਨ ਵੀ ਇੱਕ ਪੁੱਛਿਆ ਗਿਆ, ਪੜਨਾਭ ਕਿੰਨੇ ਹੁੰਦੇ ਨੇ ਅਤੇ ਕਾਰਕ ਕਿੰਨੇ ਹੁੰਦੇ ਨੇ, ਉਹ ਤੁਸੀਂ ਕਮੈਂਟ ਵਿੱਚ ਲਿਖੋਗੇ, ਕਾਰਕ ਅਤੇ ਪੜਨਾਭ ਕਿੰਨੇ ਕਿੰਨੇ ਹੁੰਦੇ ਨੇ, 7, 8 ਜਾਂ ਕਿੰਨੇ। ਇਹ ਹੁੰਦੇ ਨੇ 5 ਪ੍ਰਕਾਰ ਦੇ ਵਿਸ਼ੇਸ਼ਣ। ਆਪਾਂ ਇਹਨੂੰ ਡਿਟੇਲ ਦੇ ਵਿੱਚ ਹੀ ਕਰਦੇ ਆਪਾਂ ਸਾਰਾ। ਪਹਿਲਾ ਕਿਹੜਾ ਆਪਣਾ ਵਿਸ਼ੇਸ਼ਣ ਹੈ? ਗੁਣਵਾਚਕ ਵਿਸ਼ੇਸ਼ਣ। ਜਿਹੜਾ ਕਿਸੇ ਦੇ ਗੁਣ, ਔਗੁਣ, ਉਹਨਾਂ ਨੂੰ ਗੁਣਵਾਚਕ ਕਿਹਾ ਜਾਂਦਾ। ਜਿਹੜੇ ਕਿਸੇ ਵੀ ਕਿਸੇ ਵਿਸ਼ੇਸ਼ ਗੁਣ, ਔਗੁਣ ਦੱਸਣ, ਉਹਨਾਂ ਨੂੰ ਗੁਣਵਾਚਕ ਵਿਸ਼ੇਸ਼ਣ ਆਖਦੇ ਹਨ। ਜਿਵੇਂ ਕਿ ਸੁੰਦਰ, ਲਾਲ, ਪਤਲਾ, ਸੜੀਅਲ, ਮੋਟਾ, ਸੱਚਾ, ਝੂਠਾ, ਇਹ ਸਾਰੇ ਗੁਣਵਾਚਕ ਵਿੱਚ ਆ ਜਾਣਗੇ। ਉਦਾਹਰਣ ਇਹਦੀ ਦੇਖਦੇ ਆਪਾਂ। ਲਾਲ ਫੁੱਲ ਬੜਾ ਸੁੰਦਰ ਹੈ, ਲਾਲ ਫੁੱਲ ਬੜਾ ਸੁੰਦਰ ਹੈ। ਇਸ ਵਿੱਚ ਲਾਲ ਫੁੱਲ ਦਾ ਗੁਣ ਦੱਸਿਆ ਗਿਆ ਹੈ ਕਿ ਇਹ ਬੜਾ ਸੁੰਦਰ ਹੈ, ਜਿਹੜਾ ਫੁੱਲ ਹੈ ਨਾ, ਇਹ ਬੜਾ ਸੁੰਦਰ ਹੈ।
ਇਹਦਾ ਗੁਣ ਦੱਸਿਆ ਗਿਆ। ਹੁਣ ਆਪਾਂ ਕਰਦੇ ਹਾਂ ਸੰਖਿਆਵਾਚਕ, ਜਿਹਦੇ ਵਿੱਚ ਗਿਣਤੀ ਦੱਸੀ ਜਾਵੇ, ਗਿਣਤੀ ਕਿਸੇ ਚੀਜ਼ ਦੀ, ਜਿਵੇਂ ਕਿ 4, 5, 7, 8 ਥੋੜ੍ਹੇ ਬਹੁਤੇ, ਇਹ ਵੀ ਸਾਰੇ ਸੰਖਿਆਵਾਚਕ ਦੇ ਵਿੱਚ ਆ ਜਾਣਗੇ। ਪਹਿਲੀ ਕਤਾਰ ਵਿੱਚ ਚੌਥਾ ਮੁੰਡਾ ਬੜਾ ਹੋਣਹਾਰ ਹੈ, ਇਹ ਇੱਕ ਤਰ੍ਹਾਂ ਦਾ ਗਿਣਤੀ ਵਾਚਕ ਵਿੱਚ ਆ ਗਿਆ। ਫਿਰ ਅੱਗੇ ਦੇਖਦੇ ਹਾਂ ਪਰਿਮਾਣ ਵਾਚਕ ਵਿਸ਼ੇਸ਼ਣ, ਜਿਹੜਾ ਕਿਸੇ ਦੇ ਪਰਿਮਾਣ ਜਾਂ ਮਿਣਤੀ ਨਾਪ ਤੋਲ ਦੱਸਦੇ ਹਨ ਉਹਨਾਂ ਨੂੰ ਪਰਿਮਾਣ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ ਕਿ ਬਹੁਤਾ, ਚੋਖਾ, ਮੁੱਠੀ ਭਰ, ਥੋੜ੍ਹਾ ਕੁ, ਰਤਾ ਕੁ, ਇਹ ਸਾਰੇ ਇਹਦੇ ਪਰਿਮਾਣ ਵਾਚਕ ਵਿੱਚ ਆ ਜਾਣਗੇ। ਸਬਜ਼ੀ ਵਿੱਚ ਬਹੁਤਾ ਲੂਣ ਹੈ, ਇੱਥੇ ਸਬਜ਼ੀ ਅਤੇ ਲੂਣ ਨਾਪ ਹਨ, ਲੂਣ ਦਾ ਬਹੁਤਾ ਹੋਣਾ ਕੀ ਮਿਣਤੀ ਵਾਚਕ ਵਿਸ਼ੇਸ਼ਣ ਹੈ, ਲੂਣ ਜਿਹੜਾ ਬਹੁਤਾ ਹੋਣਾ ਇਹ ਕੀ ਹੈ ਮਿਣਤੀ ਵਾਚਕ ਵਿਸ਼ੇਸ਼ਣ ਹੈ। ਹੁਣ ਨਿਸ਼ਚੈ ਵਾਚਕ ਵਿਸ਼ੇਸ਼ਣ ਕਿਹੜਾ ਹੁੰਦਾ ਹੈ, ਜਿਹੜੇ ਵਿਸ਼ੇਸ਼ਣ ਕਿਸੇ ਇਸ਼ਾਰੇ ਨਾਲ ਆਪਣੇ ਵਿਸ਼ੇਸ਼ਣ ਨੂੰ ਆਮ ਤੋਂ ਖਾਸ ਬਣਾਉਂਦੇ ਹਨ, ਇੱਕ ਤਰ੍ਹਾਂ ਦੇ ਇਸ਼ਾਰਾ ਕਰਕੇ ਉਹਨੂੰ ਆਮ ਜਿਹੜਾ ਨਾਂਵ ਹੈ ਨਾ ਉਹਨੂੰ ਖਾਸ ਬਣਾ ਦਿੰਦੇ ਨੇ, ਜਿਵੇਂ ਕਿ ਇਹ ਓ ਇਨ ਉਨ੍ਹਾਂ। ਇਹਦੇ ਵਿੱਚ ਆਪਾਂ ਦੇਖਦੇ ਹਾਂ ਉਦਾਹਰਨ ਤੋਂ ਜ਼ਿਆਦਾ ਸਮਝ ਆਏਗਾ। ਉਹ ਥੱਲੇ ਬੈਠਾ ਮੁੰਡਾ ਬੜਾ ਚੰਗਾ ਵਿਦਿਆਰਥੀ ਹੈ, ਉਹ ਵਾਲਾ ਜਿਹੜਾ ਸ਼ਬਦ ਵਰਤਿਆ ਨੇ ਇੱਥੇ ਇਹ ਨਿਸ਼ਚੈ ਕਰ ਰਿਹਾ ਇੱਕ ਤਰ੍ਹਾਂ, ਅਤੇ ਉਹ ਅਤੇ ਥੱਲੇ ਬੈਠਾ ਕਹਿ ਕੇ ਵਿਸ਼ੇਸ਼ ਦੱਸਿਆ ਗਿਆ, ਇਸ ਲਈ ਉਹ ਅਤੇ ਥੱਲੇ ਬੈਠਾ ਮੁੰਡੇ ਨੇ ਨਿਸ਼ਚੈ ਵਾਚਕ ਵਿਸ਼ੇਸ਼ਣ ਹਨ। ਠੀਕ ਹੈ, ਇਹਦੇ ਵਿੱਚ ਹੁਣ ਦੇਖਦੇ ਹਾਂ ਪੜਨਾਵੀ ਵਿਸ਼ੇਸ਼ਣ। ਪੜਨਾਵੀ ਵਿਸ਼ੇਸ਼ਣ ਕਿਹੜਾ ਹੁੰਦਾ ਹੈ, ਜਿਹੜਾ ਨਾਵਾਂ ਨਾਲ ਆ ਕੇ, ਪੜਨਾਵ ਹੋਣ ਅਤੇ ਨਾਵਾਂ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਉਹਨਾਂ ਨੂੰ ਕੀ ਕਹਿੰਦੇ ਨੇ, ਉਹ ਸ਼ਬਦ ਪੜਨਾਵ ਜਾਂ ਪੜਨਾਵੀ ਵਿਸ਼ੇਸ਼ਣ ਕਮਾਉਂਦੇ ਨੇ, ਜਿਵੇਂ ਮੇਰਾ ਮਿੱਤਰ, ਮੇਰਾ ਮਿੱਤਰ, ਤੇਰਾ ਸਾਥੀ, ਕਿਹੜਾ ਅਫਸਰ, ਮੇਰਾ ਵਿੱਚ, ਮੇਰਾ, ਤੇਰਾ, ਕਿਹੜਾ ਆਦਿ ਪੜਨਾਵੀ ਵਿਸ਼ੇਸ਼ਣ ਨੇ। ਮੇਰਾ ਮਿੱਤਰ ਚੰਗਾ ਖਿਡਾਰੀ ਹੈ, ਇੱਥੇ ਮਿੱਤਰ ਨਾਵ ਹੈ ਅਤੇ ਮੇਰਾ ਕੀ ਹੈ ਪੜਨਾਵ। ਅੱਗੇ ਚੱਲਦੇ ਆਪਾਂ, ਭਵਿੱਖਤ ਕਾਲ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ, ਕਿਸਮਤਾਂ ਨਹੀਂ ਕਿਸਮਾਂ। ਭਵਿੱਖ ਕਾਲ, ਇੱਕ ਕਾਲ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਕਾਲ ਹੁੰਦਾ ਸਮਾਂ, 3 ਤਰ੍ਹਾਂ ਦੇ, ਭੂਤ, ਹੋਰ ਕਿਹੜਾ ਵਰਤਮਾਨ, ਅਤੇ ਹੋਰ ਕਿਹੜਾ ਭਵਿੱਖਤ। ਅੱਗੇ ਭਵਿੱਖ ਕਾਲ ਦੀਆਂ ਨਾ ਕਿਸਮਾਂ ਪੁੱਛਿਆ, ਭਵਿੱਖ ਕਾਲ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ, ਕਰੈਕਟ ਆਂਸਰ ਹੋ ਜਾਏਗਾ 5, 5 ਤਰ੍ਹਾਂ ਦੇ ਹੁੰਦੇ ਨੇ ਭਵਿੱਖ ਕਾਲ। ਦੇਖੋ ਆਪਾਂ ਕਿਹੜੇ ਕਿਹੜੇ ਕਾਲ, ਕਿਰਿਆ ਦੀ ਵਿਆਕਰਨਿਕ ਸ਼੍ਰੇਣੀ ਹੈ, ਕਿਰਿਆ ਦੀ ਕੀ ਹੈ ਵਿਆਕਰਨਿਕ ਸ਼੍ਰੇਣੀ, ਇਹਦੇ ਅਨੁਸਾਰ ਨਾ ਵਿਆਕਰਨ ਦੇ ਵਿੱਚ ਸਮੇਂ ਨੂੰ ਕਾਲ ਕਿਹਾ ਜਾਂਦਾ ਹੈ, ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਸਮੇਂ ਨੂੰ ਕੀ ਕਿਹਾ ਜਾਂਦਾ ਹੈ ਕਾਲ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਦਾ ਕਾਲ ਪ੍ਰਬੰਧ 3 ਕਾਲਾਂ ਦੇ ਵਿੱਚ ਵੰਡਿਆ ਹੋਇਆ, ਆਪਾਂ ਹੁਣੇ ਕੀਤਾ ਹੈ, ਜਿਹੜਾ ਭੂਤ ਕਾਲ, ਬੀਤਿਆ ਸਮਾਂ, ਵਰਤਮਾਨ, ਹੁਣ ਦਾ ਸਮਾਂ ਜਿਹੜਾ ਚੱਲ ਰਿਹਾ ਪ੍ਰੈਜੈਂਟ ਜਿਹਨੂੰ ਕਹਿ ਦਿੰਦੇ ਨੇ, ਭਵਿੱਖਤ ਕਾਲ ਆਉਣ ਵਾਲਾ ਸਮਾਂ ਨੂੰ ਕਹਿ ਦਿੱਤਾ ਜਾਂਦਾ ਹੈ। ਕਿਸੇ ਵੀ ਕਾਲ ਦੇ ਵਿੱਚ ਕਿਰਿਆ ਦੀ ਅਵਸਥਾ ਕਿਹੜੀ ਹੈ, ਕਿ ਕਿਰਿਆ ਨਿਸ਼ਚਿਤ ਹੈ ਜਾਂ ਅਨਿਸ਼ਚਿਤ ਹੈ, ਪੂਰਨ ਹੈ ਜਾਂ ਅਪੂਰਨ ਹੈ, ਇਸ ਅਵਸਥਾ ਨੂੰ ਪ੍ਰਗਟਾਉਣ ਲਈ ਕਿਰਿਆ ਜਿਹੜਾ ਰੂਪ ਧਾਰਦੀ ਹੈ ਉਸ ਨੂੰ ਕਿਰਿਆ ਦਾ ਕਾਲ ਰੂਪ ਕਿਹਾ ਜਾਂਦਾ ਹੈ। ਤੁਸੀਂ ਸਮਝ ਗਏ ਹੋਣੇ ਹੋ, ਦੇਖੋ ਜਿਹੜਾ ਕਿਸੇ ਵੀ ਰੂਪ ਨੂੰ ਦਰਸਾਉਣ ਦੇ ਲਈ ਨਾ, ਕਾਲ ਦੇ ਰੂਪ ਨੂੰ ਦਰਸਾਉਣ ਲਈ ਜਦੋਂ ਨਿਸ਼ਚਿਤ, ਅਨਿਸ਼ਚਿਤ, ਪੂਰਨ ਜਾਂ ਅਪੂਰਨ ਗੱਲਾਂ ਦਾ ਬੋਧ ਕਰਵਾਉਣ, ਉਸ ਨੂੰ ਕਾਲ ਰੂਪ ਕਿਹਾ ਜਾਂਦਾ, ਕਿਰਿਆ ਦਾ ਕਾਲ ਰੂਪ ਕਿਹਾ ਜਾਂਦਾ। ਜਿਹੜੀ ਕਿਰਿਆ ਹੋ ਰਹੀ ਹੈ ਨਾ ਉਹਦਾ ਰੂਪ ਹੈ ਇੱਕ ਤਰ੍ਹਾਂ ਦਾ, ਉਹਦਾ ਕਾਲ ਰੂਪ ਹੈ, ਉਹਦਾ ਸਮੇਂ ਦਾ ਰੂਪ ਹੈ। ਠੀਕ ਹੈ, ਇਹ ਤਾਂ ਤੁਸੀਂ ਸਮਝ ਗਏ ਹੋਣੇ ਹੋ। ਦੇਖੋ ਇਹਦੇ ਉਦਾਹਰਨਾਂ ਕਿਹੜੀਆਂ ਕਿਹੜੀਆਂ ਨੇ, ਆਪਸ਼ਨ ਨੇ ਆਪਣਾ 5 ਪੜ੍ਹਿਆ ਸੀ ਨਾ ਭਵਿੱਖਤ ਕਾਲ, 5 ਕਿਹੜੇ ਕਿਹੜੇ ਨੇ, ਸਧਾਰਨ ਭਵਿੱਖਤ ਕਾਲ, ਚਾਲੂ, ਇੱਕ ਚੱਲ ਰਿਹਾ ਭਵਿੱਖ ਕਾਲ, ਪੂਰਨ ਭਵਿੱਖਤ ਕਾਲ, ਪੂਰਨ ਚਾਲੂ ਭਵਿੱਖਤ ਕਾਲ, ਅਤੇ ਸ਼ਰਤੀ ਭਵਿੱਖਤ ਕਾਲ। ਇਸ ਲਈ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਭਵਿੱਖਤ ਕਾਲ ਹੈ ਨਾ ਜਿਹੜਾ, ਭਵਿੱਖਤ ਕਾਲ ਦੀਆਂ 5 ਕਿਸਮਾਂ ਹੁੰਦੀਆਂ ਨੇ। ਕਿੰਨੀਆਂ ਕਿਸਮਾਂ ਹੁੰਦੀਆਂ ਨੇ, 5 ਕਿਸਮਾਂ। ਅੱਗੇ ਦੇਖਦੇ ਹਾਂ ਹੇਠ
ਲਿਖੇ ਸ਼ਬਦਾਂ ਦੇ ਵਿੱਚੋਂ ਸ਼ੁੱਧ ਸ਼ਬਦ ਚੁਣੋ। ਆਪਸ਼ਨ ਤੁਹਾਡੇ ਸਾਹਮਣੇ ਨੇ ਵਧੀਆ, ਜਿਹੜਾ, ਤੀਵੀਂ, ਵਿਆਹ। ਇਹਦੇ ਵਿੱਚ ਵਿਆਹ ਇਸ ਤਰ੍ਹਾਂ ਨਹੀਂ ਪੈਂਦਾ, ਇਸ ਤਰ੍ਹਾਂ ਪਏਗਾ ਵਿਆਹ, ਇਹ ਸ਼ੁੱਧ ਨਹੀਂ ਹੈ। ਉਹਨਾਂ ਸ਼ੁੱਧ ਚੁਣਨ ਲਈ ਕਿਹਾ ਹੈ, ਸ਼ੁੱਧ ਸ਼ਬਦ ਵਿਆਹ। ਜਿਹੜਾ ਜਿਹੜਾ ਇਸ ਤਰ੍ਹਾਂ ਸਿਆਰੀ ਆਏਗੀ, ਜਿਹੜਾ, ਅਤੇ ਵਧੀਆ ਵਧੀਆ ਧੱਦੇ ਨਾਲ ਪਏਗਾ, ਧੱਦੇ ਨੂੰ ਪਿਆਰੀ, ਐੜੇ ਨੂੰ ਕੰਨਾ, ਆ ਵਧੀਆ। ਅਤੇ ਇੱਥੇ ਤੀਵੀਂ ਸਹੀ ਹੈ, ਤੀਵੀਂ ਸਹੀ ਹੈ, ਮਲਵਈ ਭਾਸ਼ਾ ਦਾ ਸ਼ਬਦ ਹੈ, ਕਿਉਂਕਿ ਬਿੰਦੀ ਜਿੱਥੇ ਲੱਗੀ ਨੇ ਜ਼ਿਆਦਾਤਰ ਉਹ ਮਲਵਈ ਉਪ ਭਾਸ਼ਾ ਦੇ ਸ਼ਬਦ ਹੋ ਜਾਂਦੇ ਨੇ। ਅੱਗੇ ਦੇਖਦੇ ਹਾਂ, ਕਿਸੇ ਵੀ ਭਾਸ਼ਾ ਨੂੰ ਸਹੀ ਲਿਖਣ, ਬੋਲਣ ਅਤੇ ਸਮਝਣ ਦੇ ਲਈ ਸ਼ਬਦਾਂ ਦਾ ਸ਼ੁੱਧ ਹੋਣਾ ਜ਼ਰੂਰੀ ਹੈ। ਪੰਜਾਬੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਦੇ ਲਈ ਕੁਝ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਜਿਸ ਨੂੰ ਸ਼ਬਦ ਜੋੜ ਦੀ ਸਹਾਇਤਾ ਨਾਲ ਸੁਧਾਰਿਆ ਜਾ ਸਕਦਾ ਹੈ। ਸ਼ਬਦ ਜੋੜ ਦਾ ਅਰਥ ਹੈ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਸ਼ਬਦਾਂ ਦੀ ਰਚਨਾ ਕਰਨੀ। ਸ਼ਬਦ ਜੋੜਾਂ ਦੀ ਸਹੀ ਵਰਤੋਂ ਨਾਲ ਅਸ਼ੁੱਧ ਸ਼ਬਦਾਂ ਨੂੰ ਸ਼ੁੱਧ ਵਿੱਚ ਬਦਲ ਸਕਦੇ ਹਾਂ। ਅਸ਼ੁੱਧ ਸ਼ਬਦ ਕਿਹੜੇ ਹੁੰਦੇ ਨੇ? ਅਸ਼ੁੱਧ ਸ਼ਬਦ ਉਹ ਸ਼ਬਦ ਹਨ ਜਿਹੜੇ ਪੰਜਾਬੀ ਵਿਆਕਰਣ ਦੇ ਨਿਯਮਾਂ 'ਤੇ ਖਰੇ ਨਾ ਉਤਰਨ, ਜਿਹੜੇ ਖਰੇ ਨਾ ਉਤਰਨ। ਜਿਵੇਂ ਕਿ ਇਹਨਾਂ ਦੇ ਨਿਯਮ ਹੁੰਦੇ ਨੇ ਹਰੇਕ ਭਾਸ਼ਾ ਦੇ, ਅਤੇ ਇਹਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਨਹੀਂ ਉਤਰਦੇ ਖਰੇ ਵਿਆਕਰਣ ਦੇ ਨਿਯਮਾਂ ਦੇ ਅਨੁਸਾਰ, ਉਹਨਾਂ ਨੂੰ ਅਸ਼ੁੱਧ ਕਹਿ ਦਿੱਤਾ ਜਾਂਦਾ ਹੈ। ਜਿਵੇਂ ਕਿਵੇਂ ਕਿਵੇਂ ਇੱਕ ਉਪਭਾਸ਼ਾਈ ਸ਼ਬਦ ਹੁੰਦੇ ਨੇ ਇਹੋ ਜਿਹੇ, ਅਤੇ ਇਹਦੇ ਵਿੱਚ ਸ਼ੁੱਧ ਕਿਹੜਾ, ਟਕਸਾਲੀ ਕਿਵੇਂ ਆ ਗਿਆ ਨਾ, ਵੱਖੀ ਵੱਖੀ ਦੁਆਬੀ ਭਾਸ਼ਾ, ਜਿਵੇਂ ਕਿ ਵੱਖੀ ਇਹਦਾ ਸ਼ੁੱਧ ਰੂਪ ਆ ਗਿਆ। ਜੇ ਹਾਂ, ਇਹ ਉਪਭਾਸ਼ਾਵਾਂ ਦੇ ਸ਼ਬਦ ਨੇ, ਇਸ ਕਰਕੇ ਇਹਨਾਂ ਨੂੰ ਅਸ਼ੁੱਧ ਸ਼ਬਦ ਮੰਨ ਲਿਆ ਜਾਂਦਾ ਕਈ ਵਾਰ, ਅਤੇ ਆਪਣੇ ਆਪ ਦੇ ਵਿੱਚ ਸ਼ੁੱਧ ਵੀ ਨੇ, ਖੇਤਰੀ ਤੌਰ 'ਤੇ ਆਪਣੇ ਆਪ ਦੇ ਵਿੱਚ ਸ਼ੁੱਧ ਨੇ। ਜਿਵੇਂ ਵੱਖੀ ਵੱਖੀ ਇਹ ਸ਼ਬਦ ਵਟਾਂਦਰੇ ਹੁੰਦੇ ਰਹਿੰਦੇ ਨੇ ਖੇਤਰ ਦੇ ਅਨੁਸਾਰ, ਭੂਗੋਲਿਕ ਖੇਤਰ ਦੇ ਅਨੁਸਾਰ। ਸੀਤਾ ਗੀਤਾ ਗਾਣਾ ਗਾ ਰਹੀ ਹੈ, ਇਹ ਵਾਕ ਕਿਸ ਕਾਲ ਦੇ ਅੰਤਰਗਤ ਆਉਂਦਾ ਹੈ? ਗਾ ਰਹੀ ਹੈ ਮਤਲਬ ਸਮਾਂ ਚੱਲ ਰਿਹਾ ਹੈ, ਗੀਤਾ ਸੀਤਾ ਕੀ ਕਰ ਰਹੀ ਹੈ, ਗਾਣਾ ਜਿਹੜਾ ਗਾ ਰਹੀ ਹੈ। ਪ੍ਰੈਜੈਂਟ ਮਤਲਬ ਵਰਤਮਾਨ ਕਾਲ, ਵਰਤਮਾਨ ਕਾਲ ਕਿਹੜਾ ਹੋ ਗਿਆ ਜਿਹੜਾ ਚੱਲ ਰਿਹਾ ਸਮਾਂ। ਗਾ ਰਹੀ ਇਹਦੇ ਅਪੂਰਨ ਚਾਲੂ ਕਾਲ, ਹਾਂ ਅਪੂਰਨ ਤਾਂ ਹੈ ਹੀ ਕਿਉਂਕਿ ਅਜੇ ਖਤਮ ਨਹੀਂ ਹੋਇਆ ਰਿਹਾ ਨਾ, ਗਾ ਚੁੱਕੀ ਹੈ ਨਹੀਂ, ਅਪੂਰਨ ਚਾਲੂ ਕਾਲ ਹੀ ਵਰਤਮਾਨ ਕਾਲ ਆਏਗਾ, ਠੀਕ ਹੈ, ਇਹਦਾ ਕਰੈਕਟ ਆਂਸਰ ਸਹੀ ਹੈ। ਇਕੱਲਾ ਵਰਤਮਾਨ ਨਹੀਂ, ਸ਼ਰਤੀ ਵਰਤਮਾਨ ਨਹੀਂ, ਪੂਰਨ ਵਰਤਮਾਨ ਨਹੀਂ, ਤਾਂ ਇਹਦਾ ਅਪੂਰਨ ਹੀ ਆਏਗਾ ਮੇਰੇ ਖਿਆਲ 'ਚ ਤਾਂ। ਜਿਸ ਸਮੇਂ ਦੇ ਵਿੱਚ ਕਿਰਿਆ ਦਾ ਕੰਮ ਕੀਤਾ ਜਾਵੇ ਉਸ ਨੂੰ ਕਾਲ ਆਖਦੇ ਹਨ। ਕੁੜੀਆਂ ਸ਼ਬਦ ਸਿੱਖਦੀਆਂ ਹਨ। ਇੱਕ ਸਾਈਡ ਆਪਣਾ ਪਿਛਲਾ ਕੁਸਚਨ ਰਹਿ ਗਿਆ ਥੋੜ੍ਹਾ ਜਿਹਾ, ਹਾਂ ਸਹੀ ਹੈ। ਅੱਗੇ ਦੇਖੋ, ਜਿਸ ਸਮੇਂ ਦੇ ਵਿੱਚ ਕਿਰਿਆ ਦਾ ਕੰਮ ਕੀਤਾ ਜਾਵੇ ਉਸ ਕਾਲ ਨੂੰ ਆਖਦੇ ਹਨ, ਕੀ ਆਖਦੇ ਹਨ? ਕੁੜੀਆਂ ਸ਼ਬਦ ਸਿੱਖਦੀਆਂ ਹਨ। ਕਿਰਿਆ ਦਾ ਕੰਮ ਕੀਤਾ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਜਿਹੜੇ ਸਮੇਂ ਦੇ ਵਿੱਚ ਕਿਰਿਆ ਦਾ, ਕੁੜੀਆਂ ਸ਼ਬਦ ਸਿੱਖਦੀਆਂ ਹਨ ਉਸ ਨੂੰ ਕਾਲ ਆਖਦੇ ਹਨ। ਸੋਰੀ, ਇੱਥੇ ਮੈਂ ਪੜ੍ਹਨਾ ਭੁੱਲ ਗਿਆ ਸੀ। ਕਾਲ ਕੀ ਹੁੰਦਾ ਹੈ? ਕਾਲ ਦੇ ਬਾਰੇ ਇਹਨਾਂ ਵਿਸਤਾਰ ਦੱਸਿਆ ਹੈ ਕਿ ਜਿਹੜੇ ਸਮੇਂ ਦੇ ਵਿੱਚ ਨਾ ਕਿਰਿਆ ਦਾ ਕੰਮ ਕੀਤਾ ਜਾਵੇ, ਜਿਹੜਾ ਸਮਾਂ ਹੁੰਦਾ ਹੈ, ਸਮੇਂ ਦਾ ਤੁਹਾਨੂੰ ਪਤਾ ਹੀ ਹੈ, ਕਾਲ ਨੂੰ ਸਮਾਂ ਕਹਿ ਦਿੱਤਾ ਜਾਂਦਾ ਹੈ, ਅਤੇ ਉਸ ਨੂੰ ਕਾਲ ਆਖਦੇ ਹਨ। ਜਿਵੇਂ ਕਿ ਕੁੜੀਆਂ ਸ਼ਬਦ ਸਿੱਖਦੀਆਂ ਹਨ, ਮੁੰਡਿਆਂ ਨੇ ਇਹ ਉਦਾਹਰਣਾਂ ਦਿੱਤੀਆਂ ਨੇ ਉਹਨਾਂ ਨੇ, ਮੁੰਡਿਆਂ ਨੇ ਕੱਲ੍ਹ ਫੁੱਟਬਾਲ ਖੇਡਿਆ ਸੀ, ਮਾਸਟਰ ਸਕੂਲ ਜਾਵੇਗਾ, ਇਸ ਤਰ੍ਹਾਂ ਦੇ ਸ਼ਬਦ ਦਿੱਤੇ ਨੇ। ਆ ਖੇਡਿਆ ਸੀ ਵਾਲਾ ਹੈ ਨਾ, ਸੀ ਵਾਲਾ ਭੂਤਕਾਲ ਹੋ ਗਿਆ, ਜਾਵੇਗਾ ਵਾਲਾ ਇਹ ਭਵਿੱਖਤਕਾਲ ਹੋ ਗਿਆ, ਕੁੜੀਆਂ ਸ਼ਬਦ ਸਿੱਖਦੀਆਂ ਹਨ, ਰੋਜ਼ਾਨਾ ਸਿੱਖਦੀਆਂ ਹਨ ਵਾਲਾ ਆ ਗਿਆ ਇਹਦੇ ਵਿੱਚ। ਇਸ ਤਰ੍ਹਾਂ ਅਖੀਰਲਾ ਸ਼ਬਦ ਤੋਂ ਹੀ ਪਤਾ ਲੱਗ ਜਾਂਦਾ ਆਪਾਂ ਨੂੰ। ਵਰਤਮਾਨ ਕਾਲ ਕਿਹੜਾ ਹੁੰਦਾ? ਜਦੋਂ ਕਿਸੇ ਕਿਰਿਆ ਦਾ ਕੰਮ ਹੋਣ 'ਤੇ ਚਾਲੂ ਸਮੇਂ ਦੇ ਵਿੱਚ ਕਿਰਿਆ ਦੇ
ਉਸ ਸਮੇਂ ਨੂੰ ਵਰਤਮਾਨ ਕਿਹਾ ਜਾਂਦਾ ਹੈ। ਜਿਹੜਾ ਸਮਾਂ ਚੱਲ ਰਿਹਾ ਹੋਵੇ ਅਤੇ ਨਾਲ ਕਿਰਿਆ ਹੋ ਰਹੀ ਹੋਵੇ ਉਸ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ। ਬੇਬੇ ਸੂਤਰ ਕੱਤਦੀ ਹੈ, ਰਾਗੀ ਜਥਾ ਕੀਰਤਨ ਕਰਦਾ ਹੈ, ਮੇਰੀ ਮਾਂ ਦੁੱਧ ਰਿੜਕਦੀ ਹੈ। ਇਹ ਕਿਹੜਾ ਹੈ, ਕਿਰਿਆ ਵੀ ਹੋ ਰਹੀ ਹੈ ਵਰਤਮਾਨ ਦੇ ਵਿੱਚ, ਠੀਕ ਹੈ। ਅੱਗੇ ਦੇਖਦੇ ਹਾਂ, ਸੀਤਾ ਗਾਣਾ ਗਾ ਰਹੀ ਹੈ, ਇਹ ਇੱਕ ਆ ਦੇਖੋ ਆਪਣਾ ਉੱਤਰ ਆ ਗਿਆ ਇੱਥੇ, ਇਹ ਇੱਕ ਕੀ ਹੈ, ਅਪੂਰਨ ਚਾਲੂ ਵਰਤਮਾਨ ਕਾਲ ਅਧੀਨ ਆਉਂਦਾ ਹੈ। ਆਪਣਾ ਲੇਟ ਅਨਸਰ ਇੱਥੇ ਮਿਲਿਆ ਹੈ, ਪਹਿਲਾਂ ਆਪਾਂ ਪੜ੍ਹ ਚੁੱਕੇ ਹਾਂ ਇਹਦਾ ਅਨਸਰ। ਅੱਗੇ ਦੇਖਦੇ ਹਾਂ, ਵਰਤਮਾਨ ਕਾਲ ਨੂੰ 6 ਭਾਗਾਂ ਦੇ ਵਿੱਚ ਵੰਡਿਆ ਗਿਆ, ਭਵਿੱਖ ਕਾਲ ਨੂੰ ਕਿੰਨਿਆਂ ਵਿੱਚ, 5 'ਚ, ਅਤੇ ਵਰਤਮਾਨ ਨੂੰ ਕਿੰਨਿਆਂ ਵਿੱਚ, 6 ਭਾਗਾਂ ਵਿੱਚ। ਦੇਖੋ ਇਹਦੇ ਅਨਸਰ ਹੈ, ਸਧਾਰਨ ਵਰਤਮਾਨ, ਅਪੂਰਨ ਚਾਲੂ ਵਰਤਮਾਨ, ਅਨਿਸ਼ਚਿਤ ਪੂਰਨ ਵਰਤਮਾਨ, ਨਿਸ਼ਚਿਤ ਪੂਰਨ ਵਰਤਮਾਨ, ਅਤੇ ਹੋਰ 2 ਨੇ, ਚਲੋ ਉਹ ਛੱਡ ਤੋਂ ਰੋਲਾ। ਹਾਂਜੀ ਉਹ ਤੁਸੀਂ ਦੇਖ ਲੈਣਾ ਕਿਹੜੇ ਨੇ, ਮੈਨੂੰ ਲੱਭ ਨਹੀਂ ਰਿਹਾ ਇਹਦੇ ਵਿੱਚੋਂ। ਹਾਂਜੀ, ਸੁੱਤੀ ਕਲਾ ਜਗਾਉਣੀ ਮੁਹਾਵਰੇ ਦਾ ਅਰਥ ਕੀ ਵਰਤਿਆ ਗਿਆ, ਸੁੱਤੀ ਕਲਾ ਜਗਾਉਣੀ। ਆਪਸ਼ਨ ਤੁਹਾਡੇ ਸਾਹਮਣੇ ਨੇ, ਮੁੱਕ ਚੁੱਕੇ ਝਗੜੇ ਫਿਰ ਖੜ੍ਹੇ ਕਰਨਾ, ਪਖੰਡ ਕਰਨਾ, ਧਿਆਨ ਦਿਵਾਉਣਾ, ਨਿਸ਼ਚਿੰਤ ਹੋ ਕੇ ਸੌਣਾ। ਨਹੀਂ, ਨਿਸ਼ਚਿੰਤ ਹੋ ਕੇ ਸੌਣਾ ਤਾਂ ਬਣੇਗਾ ਘੋੜੇ ਵੇਚ ਕੇ ਸੌਣਾ, ਹੈ ਨਾ। ਧਿਆਨ ਦਿਵਾਉਣਾ ਤਾਂ ਇਹਦਾ ਹੋਰ ਬਣ ਜਾਏਗਾ, ਪਰ ਇਹਦੇ ਮੁੱਕ ਚੁੱਕੇ ਝਗੜੇ ਨੂੰ ਫਿਰ ਖੜ੍ਹੇ ਕਰਨਾ, ਸੁੱਤੀ ਕਲਾ ਜਗਾਉਣੀ, ਇਹਦਾ ਸਹੀ ਕਰੈਕਟ ਆਨਸਰ ਇਹ ਹੋ ਜਾਏਗਾ, ਮੁੱਕ ਚੁੱਕੇ ਝਗੜੇ ਨੂੰ ਫਿਰ। ਇਹਦੇ ਹੋਰ ਮੁਹਾਵਰੇ ਨੇ, ਅੱਡ ਹੱਥ ਅੱਡਣਾ ਮੰਗਣਾ, ਮਤਲਬ ਹੱਥ ਅੱਡਣਾ, ਇਹਦਾ ਕੀ ਬਣੇਗਾ, ਅਰਥ ਵੀ ਆਪਾਂ ਦੇਖ ਲੈਂਦੇ ਇਹਦਾ। ਪੰਜਾਬੀ ਮਿਹਨਤ ਦੀ ਕਮਾਈ ਖਾਂਦੇ ਹਨ, ਕਿਸੇ ਅੱਗੇ ਹੱਥ ਨਹੀਂ ਅੱਡਦੇ, ਬਹੁਤ ਸੋਹਣਾ ਮੁਹਾਵਰਾ ਬਣਾਇਆ। ਦੇਖੋ ਪੰਜਾਬੀ ਮਿਹਨਤ ਦੀ ਕਮਾਈ ਕਰਦੇ ਹਨ, ਕਿਸੇ ਦੇ ਅੱਗੇ ਹੱਥ ਨਹੀਂ ਅੱਡਦੇ, ਹੱਥ ਵਟਾਉਣਾ ਮਦਦ ਕਰਨਾ। ਦਰਾਣੀ ਜਠਾਣੀ ਘਰ ਦੇ ਕੰਮਾਂ ਦੇ ਵਿੱਚ ਇੱਕ ਦੂਜੇ ਦਾ ਖੂਬ ਹੱਥ ਵਟਾਉਂਦੀਆਂ ਹਨ। ਚਰਨ ਧੋ ਕੇ ਪੀਣਾ, ਬਹੁਤ ਆਦਰ ਕਰਨਾ, ਸਤਿਕਾਰ ਕਰਨਾ, ਰਿਸਪੈਕਟ ਦੇਣੀ। ਸਤਿੰਦਰ ਆਪਣੀ ਚੰਗੀ ਸੱਸ ਦੇ ਚਰਨ ਧੋ ਕੇ ਪੀਂਦੀ ਹੈ, ਚਰਨ ਧੋ ਕੇ ਪੀਂਦੀ ਹੈ ਆਪਣੀ ਸੱਸ ਦੇ, ਮਤਲਬ ਉਹਦੀ ਰਿਸਪੈਕਟ ਕਰਦੀ ਹੈ। ਨਾਭ ਦੀਆਂ ਕਿੰਨੀਆਂ ਕਿਸਮਾਂ ਨੇ ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ, 5 ਪ੍ਰਕਾਰ ਦੇ ਨੇ। ਦੇਖੋ ਉਹਨਾਂ ਦੇ ਡਿਟੇਲ ਅੱਗੇ, ਨਿੱਜਵਾਚਕ ਜਿਹੜਾ ਸ਼ਬਦ, ਜਿਹੜੇ ਸ਼ਬਦ ਤੋਂ ਸਾਨੂੰ ਕਿਸੇ ਖਾਸ ਵਿਅਕਤੀ, ਖਾਸ ਜੀਵ ਜਾਂ ਖਾਸ ਥਾਂ ਦਾ ਬੋਧ ਕਰਵਾਉਣ, ਉਹਦਾ ਗਿਆਨ ਕਰਵਾਉਣ, ਉਸਨੂੰ ਨਿੱਜਵਾਚਕ ਨਾਮ ਕਿਹਾ ਜਾਂਦਾ। ਜਿਵੇਂ ਕਿ ਅੰਮ੍ਰਿਤਸਰ ਸ਼ਹਿਰ ਹੋ ਗਿਆ, ਸਤਲੁਜ ਦਰਿਆ ਦਾ ਨਾਮ ਹੋ ਗਿਆ, ਚੰਡੀਗੜ੍ਹ ਸ਼ਹਿਰ ਦਾ ਨਾਮ ਹੋ ਗਿਆ, ਦਿੱਲੀ, ਸੁਪਰੀਮ ਕੋਰਟ, ਇਹ ਸਾਰੇ ਜਿਹੜੇ ਨਾਮ ਆਉਣਗੇ ਨਾ, ਉਹ ਸਾਰੇ ਨਿੱਜ ਜਾਂ ਖਾਸ ਵਾਚਕ, ਇਹਨੂੰ ਖਾਸ ਵੀ ਕਿਹਾ ਦਿੱਤਾ ਜਾਂਦਾ ਜਾਂ ਨਿੱਜ, ਤੁਸੀਂ ਨਿੱਜ ਯਾਦ ਰੱਖਣਾ ਕਿਉਂਕਿ ਖਾਸ ਦਾ ਤਾਂ ਪਤਾ ਲੱਗ ਜਾਏਗਾ ਨਾ, ਖਾਸ ਨਾਮ ਹੈ। ਨਿੱਜ ਕਈ ਵਾਰੀ ਇੱਥੋਂ ਲੇਖਾ ਲੱਗ ਜਾਂਦਾ ਹੈ ਕਿ ਇਹ ਨਿੱਜ ਵਾਚਕ ਕਿਹੜਾ ਆ ਗਿਆ, ਇਹਦੇ ਵਿੱਚ ਉਹਦਾ ਨਿੱਜੀ ਜਾਣਕਾਰੀ ਹੋਏਗੀ। ਜਿਵੇਂ ਅੰਮ੍ਰਿਤਸਰ ਨਿੱਜੀ ਹੋ ਗਿਆ ਨਾ ਇੱਕ ਤਰ੍ਹਾਂ, ਗੁਰੂ ਗੋਬਿੰਦ ਸਿੰਘ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸੂਰਜ ਬ੍ਰਹਿਮੰਡ, ਸੂਰਜ ਆਪਣੇ ਆਪ ਦੇ ਵਿੱਚ ਵੀ ਨਿੱਜ ਵਾਚਕ ਨਾਂਵ ਹੈ। ਹੁਣ ਜਾਤੀ ਵਾਚਕ ਨਾਂਵ ਦੀ ਆਪਾਂ ਗੱਲ ਕਰਦੇ ਹਾਂ, ਆਮ ਨਾਂਵ ਜਿਹਨੂੰ ਕਹਿ ਦਿੰਦੇ ਨਾ, ਆਮ ਨਾਂਵ ਜਾਤੀ ਸਮੂਹ ਵਾਚਕ ਵੀ ਕਹਿ ਦਿੰਦੇ, ਇਹਦਾ ਕੀ ਬਣੇਗਾ, ਜਿਹੜੇ ਸ਼ਬਦ ਦੋ, ਜਿਹੜੇ ਸ਼ਬਦਾਂ ਤੋਂ ਜੀਵਾਂ, ਗਿਣਨ ਯੋਗ ਵਸਤੂਆਂ, ਸਾਰੀ ਸ਼੍ਰੇਣੀ ਜਾਂ ਜਾਤੀ, ਅਤੇ ਉਸ ਸ਼੍ਰੇਣੀ ਦੇ ਹਰੇਕ ਜੀਵ ਜਾਂ ਵਸਤੂ ਦੇ ਗਿਆਨ ਹੋਵੇ, ਉਸ ਨੂੰ ਕੀ ਕਹਿ ਦਿੱਤਾ ਜਾਂਦਾ ਹੈ, ਜਾਤੀ ਵਾਚਕ ਜਾਂ ਆਮ ਨਾਂਵ, ਸਧਾਰਨ ਨਾਂਵ ਕਹਿ ਦਿੱਤਾ ਜਾਂਦਾ ਹੈ। ਜਿਵੇਂ ਮਨੁੱਖ, ਮਨੁੱਖ ਤਾਂ ਕੋਈ ਵੀ ਹੋ ਸਕਦਾ, ਭੈਣ, ਭੈਣ ਸਾਰਿਆਂ ਦੀ, ਬਹੁਤ ਸਾਰੀਆਂ ਭੈਣਾਂ ਨੇ, ਹੈ ਨਾ। ਮੁੰਡਾ, ਮੁੰਡੇ ਕਈ ਹੋ ਸਕਦੇ ਨੇ, ਮਾਂ, ਕਈ ਮਾਵਾਂ, ਕਈ ਬਾਪੂ, ਹਰੇਕ ਦਾ ਅਲੱਗ ਅਲੱਗ ਨਾਮ ਨੇ ਨਾ। ਇਸ ਤਰ੍ਹਾਂ ਗਾਂ ਇੱਕ ਵਰਗ ਨੇ, ਵਰਗ ਦੇ ਵਿੱਚ ਦਰਸਾਇਆ ਗਿਆ, ਉਸਨੂੰ ਕੀ ਕਹਿ ਦਿੱਤਾ ਜਾਂਦਾ, ਜਾਤੀ ਵਾਚਕ। ਸ਼ਹਿਰ, ਸ਼ਹਿਰ ਕਈ ਤਰ੍ਹਾਂ ਦੇ, ਕਿੰਨੇ ਸ਼ਹਿਰ ਨੇ, ਹੈ ਨਾ। ਅੱਗੇ ਆਪਾਂ ਦੇਖਦੇ ਹਾਂ,
ਸਮੂਹ ਵਾਚਕ ਜਿਹਦੇ ਵਿੱਚ ਇਕੱਠ ਦਾ ਬੋਧ ਹੋਵੇ, ਸਮੂਹ ਦੇ ਵਿੱਚ ਜਿਹੜੀ ਗਿਣਤੀ ਦੇ ਸਮੂਹ ਦੇ ਵਿੱਚ ਹੋਣ, ਜਿਵੇਂ ਟੀਮ, ਟੋਲੀ, ਜਥਾ, ਜੰਝ, ਵੱਗ, ਹੇੜ, ਡਾਰ, ਢੇਰ, ਇਹ ਸਮੂਹ ਵਾਚਕ ਦੇ ਬੋਧ ਕਰਵਾਉਂਦੇ ਨੇ, ਟੀਮ ਵਗੈਰਾ ਹੋ ਗਏ ਸ਼ਬਦ ਜਿਹੜੇ। ਪਦਾਰਥਵਾਚਕ ਜਾਂ ਵਸਤੂਵਾਚਕ ਨਾਂਵ, ਇੱਕੋ ਹੀ ਨਾਮ ਹੈ ਇਹਨਾਂ ਦਾ, ਪਦਾਰਥਵਾਚਕ ਜਾਂ ਵਸਤੂਵਾਚਕ ਨਾਂਵ। ਇਹਦੇ ਵਿੱਚ ਕਿਹੜੇ ਕਿਹੜੇ ਆ ਗਏ, ਜਿਵੇਂ ਰੇਤ, ਪੱਥਰ, ਜਿਨ੍ਹਾਂ ਨੂੰ ਮਿਣ ਸਕਦੇ ਆਪਾਂ, ਗਿਣ ਨਹੀਂ ਸਕਦੇ, ਜਿਵੇਂ ਤੇਲ ਹੋ ਗਿਆ, ਮਿਣਤੀ ਕੀਤੀ ਜਾਂਦੀ ਹੈ ਇਹਨਾਂ ਦੀ, ਗਿਣਤੀ ਨਹੀਂ ਕੀਤੀ ਜਾਂਦੀ। ਪਾਣੀ ਤੋਲ ਸਕਦੇ ਇਹਨਾਂ ਨੂੰ, ਮਾਪ ਸਕਦੇ ਹਾਂ। ਲੋਹਾ ਹੋ ਗਿਆ, ਸੋਨਾ ਹੋ ਗਿਆ, ਠੀਕ ਹੈ। ਅੱਗੇ ਭਾਵਵਾਚਕ, ਜਿਹੜੇ ਭਾਵ ਕਰਵਾਉਣ ਉਸ ਨੂੰ ਭਾਵਵਾਚਕ ਕਹਿੰਦੇ ਨੇ। ਜਿਹੜੇ ਸ਼ਬਦ ਕਿਸੇ ਗੁਣ, ਹਾਲਤ, ਭਾਵ ਆਦਿ ਦਾ ਗਿਆਨ ਕਰਵਾਉਣ ਉਸ ਨੂੰ ਭਾਵਵਾਚਕ ਵਿਸ਼ੇਸ਼ ਨਾਂਵ ਕਹਿ ਦਿੱਤਾ ਜਾਂਦਾ ਹੈ। ਜਿਹੜੇ ਮਹਿਸੂਸ ਕੀਤਾ ਜਾਂਦਾ ਇਹਨਾਂ ਨੂੰ ਕੇਵਲ, ਉਹਨਾਂ ਨੂੰ ਛੋਹਿਆ ਨਹੀਂ ਜਾ ਸਕਦਾ। ਜਿਵੇਂ ਸੁੰਦਰਤਾ, ਗੁਲਾਮੀ ਆਪਾਂ ਪਹਿਲਾਂ ਕਰ ਚੁੱਕੇ, ਬਿਮਾਰੀ, ਖੁਸ਼ੀ। ਸ਼ੁੱਧ ਵਾਕ ਚੁਣੋ, ਇਹਨਾਂ ਕਿਹਾ ਸ਼ੁੱਧ ਵਾਕ ਚੁਣੋ, ਵਿਸਮਿਕ ਵਿੱਚੋਂ ਹੈ, ਵਿਸਮਿਕ ਵਿੱਚੋਂ, ਵਿਸਮਿਕ ਸ਼ੁੱਧ ਵਾਕ ਕਿਹੜਾ ਇਹਨਾਂ ਵਿੱਚੋਂ। ਨੀ ਕੁੜੀਏ ਕੀ ਲਿਖਦੀ ਹੈ, ਨੀ ਪਹਿਲਾਂ ਨਾਲ ਹੀ ਲੱਗ ਗਿਆ ਨਾ, ਇਹਦੇ ਇਹ ਤਾਂ ਗਲਤ ਹੋ ਜਾਏਗਾ, ਨਾਲ ਹੀ ਇਹਦੇ ਲੱਗ ਗਿਆ ਆਪਣਾ ਵਿਸਮਿਕ ਸ਼ਬਦ ਜਿਹੜਾ, ਵਿਸ਼ਰਾਮ ਹੈ ਚਿੰਨ੍ਹ ਜਿਹੜਾ। ਨੀ ਕੁੜੀਏ ਕੀ ਲਿਖਦੀ ਹੈ, ਇਹਦੇ ਸਿਰਫ ਕੁਸਚਨ ਮਾਰਕ ਬਣਿਆ ਹੈ। ਨੀ ਕੁੜੀਏ, ਕੁੜੀਏ ਲਿਖਦੀ ਲਿਖਦੀ ਹੈ, ਇਹ ਵੀ ਗਲਤ ਹੈ। ਇਹਦੇ ਵਿੱਚ ਨੀ ਕੁੜੀਏ ਜਦੋਂ ਬੋਲੋਂਗੇ ਨਾਲ ਦੇ ਨਾਲ ਹੀ ਇਹਦੇ ਨਿਸ਼ਾਨ ਲੱਗ ਜਾਏਗਾ, ਠੀਕ ਹੈ। ਕੀ ਲਿਖਦੀ ਹੈ, ਇਹ ਕਰੈਕਟ ਹੋ ਜਾਏਗਾ। ਇਸ ਤਰ੍ਹਾਂ ਤੁਸੀਂ ਵਾਕੰਸ਼ ਦੇ ਵਿੱਚ ਪਤਾ ਕਰਨਾ ਕਿ ਕਿੱਥੇ ਲੱਗਣਾ ਹੈ ਇਹਦਾ ਵਿਸ਼ਰਾਮ ਚਿੰਨ੍ਹ, ਲਾਸਟ ਲੱਗਣਾ ਜਾਂ ਪਹਿਲਾਂ ਲੱਗਣਾ ਜਾਂ ਅੰਤ, ਵਿਚਕਾਰ ਜਾਂ ਮੱਧ ਦੇ ਕਿੱਥੇ ਲੱਗਣਾ, ਇਹਦਾ ਕਰੈਕਟ ਆਂਸਰ ਕੀ ਹੋ ਗਿਆ, ਨੀ ਕੁੜੀਏ ਕੀ ਲਿਖਦੀ ਹੈ। ਦੋਸਤੋ ਆਪਣਾ ਇੱਥੇ ਅੱਜ ਦਾ ਵੀਡੀਓ ਕੰਪਲੀਟ ਹੁੰਦਾ ਹੈ। ਜੇਕਰ ਵੀਡੀਓ ਨੂੰ ਤੁਹਾਨੂੰ ਸਹੀ ਲੱਗੀ ਤਾਂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕਨ ਘੰਟੀ ਵਜਾ ਦਿਓ। ਥੈਂਕਸ ਫੋਰ ਵਾਚਿੰਗ ਦਿਸ ਵੀਡੀਓ। ਥੈਂਕ ਯੂ।